सिख चैनल देख रहे यूके यूरोप अते देश विदेश की संगत नूं वाहिगुरू जी का खालसा वाहिगुरू जी की फतेह। मैं हरिंदर सिंह गिल ते असीं अज पहुंचे हां जिला हुशियारपुर के पिंड भोंगरनी, जिथों की एक औरत अकविंदर कौर है जिस नूं एजेंटां दे वल्लों 2 महीने पहलां सऊदी अरब भेजा गया है, कह के उस नूं वर्क परमिट दिता जाऊगा तो उत्थे जाके वह काम कर सकूगी तो अपने परिवार का गुजारा तोर सकूगी। पर उत्थे चल के उस नूं पता लगा कि उस नूं एजेंटां दे वल्लों वेच दिता गया आ अते उत्थे उसके कोलों उसकी समर्था तो वध काम लिया गया तो उसनू खाण वास्ते खाना भी पूरा नहीं दिता गया। सो उसने तंग हो के वट्सएप के जरिए एक वीडियो नशर की जो वक् वक् सिख जथेबंदियों के कोल भी पहुँची तो मौके पर मंत्रियों के कोल भी पहुँची। सो उन्होंने विदेश मंत्रालय तक इस चीज़ की जी गुहार लगाई तो उस तो बाद बीते कल ही अकविंदर कौर अपने पिंड भोंगरनी पहुँची। अज असी उन्होंने परिवार नाल गलबात करांगे ते जाणांगे कि सऊदी अरब दे विच उन्होंने नाल की कुछ बीतिया। सो असी उन्होंने पिंड दे बाहर खड़े हाँ तो आओ चलते हैं पिंड दे अंदर ते गलबात करते हैं परिवारक मैंबरां नाल ते अकविंदर कौर नाल। सिख चैनल देख रही सारिया ही संगतों नूं दस दिए कि इस वेले असी पिंड भोंगरनी दे विच आ ते इस पिंड दे विच असी अज उस घर दे विच आए हैं जिथों भैण अकविंदर कौर जिसनूं कि एक पिंड दी ही लेडी एजेंट ने किसी ना किसी तरीके दे नाल ये दस के बाहर भेज दिता कि उत्थे जाके तेरा वर्क परमिट होगा तेनू महीने बाद जिहड़ी आ तनखाह मिलिया करूगी। सो इस चीज़ नूं मुख रखदिआं होइआं इह वी उहदीआं गल्लां दे विच आ गए क्योंकि परिवार की हालत जिहड़ी आ उह इस तरह की सीगी कि इन्हां नूं भी पैसे की जरूरत सीगी क्योंकि इन्हां दे जिहड़े पति आ उन्हां नूं भी अखां तों चंगी तरह नज़र नहीं आउंदा ते आओ इन्हां दे नाल सिद्धी गलबात करदे हां। सब तों पहलां फतेह की सांझ पावांगे। वाहिगुरू जी का खालसा वाहिगुरू जी की फतेह। ਤੁਸੀਂ ਕਿਸ ਤਰ੍ਹਾਂ ਇੱਥੋਂ ਗਏ, ਕਿਸ ਤਰ੍ਹਾਂ ਬਣਿਆ ਕਿ ਤੁਸੀਂ ਸਾਊਦੀ ਅਰਬ ਦੇ ਵਿੱਚ ਜਾਣਾ, ਕੌਣ ਮਿਲਿਆ, ਕਿਸ ਨੇ ਕਿਹਾ ਕਿ ਉੱਥੇ ਇਸ ਤਰ੍ਹਾਂ ਕੰਮ ਵਾਸਤੇ ਤੁਹਾਨੂੰ ਭੇਜਿਆ ਜਾਊਗਾ? ਸਾਡੇ ਇੱਥੇ ਪਿੰਡ ਭੁੰਗਨੀ ਦੀ ਕੁੜੀ ਆ, ਉਹਦਾ ਨਾਮ ਨੀਲਮ ਸੀਗਾ ਅਤੇ ਪਹਿਲੇ ਨੰਬਰ 'ਤੇ ਉਹ ਗਈ ਹੋਈ ਸੀਗੀ ਉੱਥੇ ਤਾਂ ਮੈਨੂੰ ਕਹਿੰਦੀ ਸੀਗੀ ਵੀ ਤੂੰ ਵੀ ਬਣਾ ਲਾ ਪਾਸਪੋਰਟ, ਮੈਂ ਵੀ ਬਣਾ ਲਿਆ ਉਹਦੇ ਕਹੇ 'ਤੇ ਅਤੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਜਾ ਕੇ ਮੈਂ ਫਸ ਜਾਣਾ ਆ ਅਤੇ ਮੈਨੂੰ ਕਹਿਣ ਲੱਗੀ ਵੀ ਇੱਦਾਂ ਇੱਦਾਂ ਪੈਸੇ ਤੂੰ ਇੱਥੇ ਵੀ ਤਾਂ ਭਾਂਡੇ ਮਾਂਜਦੀਆਂ ਲੋਕਾਂ ਦੇ, ਉੱਥੇ ਜਾ ਕੇ ਤੂੰ ਕੰਮ ਕਰ ਲੈਂਗੇ ਤੇਰੇ ਪੈਸੇ 4 ਬਣ ਜੂਗੇ ਅਤੇ ਤੇਰਾ ਘਰ ਬਾਰ ਵਧੀਆ ਬਣ ਜੂਗਾ। ਮੈਂ ਵੀ ਉਹਦੇ ਮਗਰ ਲੱਗ ਕੇ ਜਿੱਦਾਂ ਜਿੱਦਾਂ ਮੈਨੂੰ ਕਹਿੰਦੀ ਰਹੀ ਮੈਂ ਉੱਦਾਂ ਉੱਦਾਂ ਕਰਦੀ ਰਹੀ, ਜਿੱਦਾਂ ਜਿੱਦਾਂ ਮੈਨੂੰ ਜਿੱਥੇ ਜਿੱਥੇ ਮੈਨੂੰ ਕਹਿੰਦੀ ਰਹੀ ਤੂੰ ਉੱਥੇ ਜਾਣਾ ਆ ਇੱਦਾਂ ਕਰਨੀ ਆ, ਜਿੱਦਾਂ ਜਿੱਦਾਂ ਮੈਂ ਕਹਿੰਦੀ ਰਹੀ ਮੈਂ ਕਿਹੜੀ ਇੰਨੀ ਪੜ੍ਹੀ ਹਾਂ ਜਿਹੜਾ ਮੈਨੂੰ ਪਤਾ ਸੀਗਾ। ਫਿਰ ਜਿੱਦਾਂ ਜਿੱਦਾਂ ਮੈਨੂੰ ਉਹਨੇ ਕਿਹਾ ਉੱਦਾਂ ਉੱਦਾਂ ਮੈਂ ਕੀਤਾ, ਜਿੱਦਾਂ ਜਿੱਦਾਂ ਫਿਰ ਜਿੱਥੇ ਜਿੱਥੇ ਮੈਨੂੰ ਜਗ੍ਹਾ 'ਤੇ ਭੇਜਿਆ ਉਹਨੇ ਮੈਂ ਉੱਥੇ ਉੱਥੇ ਗਈ
ਅਤੇ ਬਾਅਦ 'ਚੋਂ ਮੈਨੂੰ ਇੱਦਾਂ ਕਹਿਣ ਲੱਗ ਪਈ ਵੀ ਤੈਨੂੰ ਇੱਦਾਂ ਤਨਖਾਹ ਤੈਨੂੰ ਵਧੀਆ ਮਿਲੂਗੀ। ਮੈਨੂੰ ਇੱਕ ਮਹੀਨਾ ਤਨਖਾਹ ਦਿੱਤੀ ਉਹਨਾਂ ਨੇ ਅਤੇ ਹਫ਼ਤਾ ਕੁ ਮੈਨੂੰ ਵਧੀਆ ਰੱਖਿਆ। ਜਿੱਦਾਂ ਪਹਿਲਾਂ ਗੱਲ ਕੀਤੀ ਜਾਵੇ ਜੇ ਵੀਜ਼ਾ ਜਿਹੜਾ ਤੁਹਾਡਾ ਆਇਆ ਜਾਂ ਜੋ ਵੀ ਟਿਕਟ ਹੋਈ ਉਹ ਕਿੰਨੇ ਚਿਰ ਦੇ ਵਿੱਚ ਸਾਰਾ ਕੁਝ ਜਿਹੜਾ ਹੈ ਮਤਲਬ ਕਿ ਹਫ਼ਤੇ 'ਚ ਸਾਰਾ ਕੁਝ ਕਰਵਾਤਾ ਉਹਨੇ। ਹਫ਼ਤੇ 'ਚ ਟਿਕਟ ਆ ਗਈ, ਹਫ਼ਤੇ 'ਚ ਹੀ ਮੇਰਾ ਸਾਰਾ ਕੁਝ ਵੀਜ਼ਾ ਉਹਨਾਂ ਨੇ ਮੇਰੇ ਮਤਲਬ ਕਿ ਮੈਨੂੰ ਨਹੀਂ ਫੜਾਇਆ ਉਹਨਾਂ ਨੇ, ਉਹਨਾਂ ਨੇ ਮੇਰੇ ਫੋਨ 'ਤੇ ਸਾਰਾ ਕੁਝ ਕਰਵਾਇਆ। ਜਿੱਦਾਂ ਉਹਨਾਂ ਨੇ ਮੈਨੂੰ ਸਾਰਾ ਪਰੂਫ ਮਤਲਬ ਫੋਨ 'ਤੇ ਦਿੱਤਾ, ਮੈਨੂੰ ਆਪ ਨਹੀਂ ਕੁਛ ਵੀ ਕੀਤਾ ਉਹਨਾਂ ਨੇ। ਫੋਨ 'ਤੇ ਮੈਨੂੰ ਇੱਦਾਂ ਦਿਖਾਉਂਦੀ ਰਹੀ ਆ ਤੇਰਾ ਇੱਦਾਂ ਹੋ ਗਿਆ ਆ, ਇੱਦਾਂ ਇੱਦਾਂ ਕਰ ਦਿੱਤਾ ਆ ਅਸੀਂ, ਮੈਨੂੰ ਮਤਲਬ ਕਿ ਵਟਸਐਪ 'ਤੇ ਸਾਰਾ ਕੁਝ ਸੈਂਡ ਕਰਦੀ ਰਹੀ ਆ। ਬਾਕੀ ਹੋਰ ਮੈਨੂੰ ਕੁਛ ਨਹੀਂ ਪਤਾ। ਬਸ ਇੱਕ ਵਾਰੀ ਮੈਨੂੰ ਲੁਧਿਆਣੇ ਸੱਦਿਆ, ਅਤੇ ਜਦੋਂ ਲੁਧਿਆਣੇ ਜਾ ਕੇ ਮੈਂ ਕਚਹਿਰੀਆਂ 'ਚ ਮੈਨੂੰ ਸੱਦਿਆ ਜਦੋਂ ਅੰਗੂਠਾ ਗੱਠਾ ਸੈਨ ਲਵਾਇਆ ਉਹਨਾਂ ਨੇ, ਅਤੇ ਮੈਨੂੰ ਉੱਥੇ ਦੱਸਿਆ ਵੀ ਤੇਰਾ ਇੱਦਾਂ ਐਗਰੀਮੈਂਟ ਹੋ ਗਿਆ ਆ, ਹੁਣ ਤੂੰ ਦੇਖ ਲਾ ਇੱਦਾਂ ਉੱਦਾਂ ਜਿੱਦਾਂ ਵੀ ਉਹਨਾਂ ਨੇ ਮੈਨੂੰ ਕਿਹਾ। ਫਿਰ ਮੈਂ ਉੱਦਾਂ ਉੱਦਾਂ ਕਰ ਦਿੱਤਾ। ਇੱਕ ਉੱਥੇ ਬੰਦਾ ਲੈਣ ਆਇਆ ਸੀ ਸਾਨੂੰ, ਜਿੱਦਾਂ ਉਹ ਏਜੰਟਣੀ ਖੁਦ ਆਈ ਨਹੀਂ ਸੀਗੀ, ਏਜੰਟਣੀ ਨੇ ਨਹੀਂ ਇੱਕ ਬੰਦਾ ਉਹਨੇ ਭੇਜਿਆ ਸੀ ਮੂਹਰੇ, ਅਤੇ ਉਹਨੇ ਮੇਰੇ ਨਾਲ ਫਿਰ ਜਿੱਦਾਂ ਜਿੱਦਾਂ ਮੈਨੂੰ ਉਹਨੇ ਕਿਹਾ ਉੱਦਾਂ ਉੱਦਾਂ ਫਿਰ ਮੈਂ। ਕੋਈ ਪੈਸਿਆਂ ਦੀ ਵੀ ਗੱਲਬਾਤ ਹੋਈ ਜਦ ਵੀਜ਼ਾ ਲੱਗਾ ਜਾਂ ਟਿਕਟ ਕੀਤੀ ਤਾਂ ਕੋਈ ਪੈਸਾ ਵੀ ਦਿੱਤਾ ਜਾਂ ਕੀ ਹੋਇਆ? ਟਿਕਟ ਨਹੀਂ, ਮੈਂ ਪੈਸਾ ਕੋਈ ਨਹੀਂ ਦਿੱਤਾ ਸੀਗਾ। ਮੈਨੂੰ ਕਹਿੰਦੀ ਸੀ ਤੂੰ ਬਾਅਦ 'ਚੋਂ ਦੇ ਦੀ, ਮੈਂ ਉਹਨੂੰ ਜਵਾਬ ਦੇ ਦਿੱਤਾ ਸੀ ਨਾ ਜਦੋਂ ਮੈਂ 2 ਲੱਖ ਦੀ ਮੈਂ ਗੱਲ ਸੁਣੀ ਵੀ ਮੈਂ ਉਹਨੂੰ ਜਵਾਬ ਦੇ ਦਿੱਤਾ। ਮੈਂ ਕਿਹਾ ਮੈਂ 2 ਲੱਖ ਰੁਪਇਆ ਕਿੱਥੋਂ ਦੇਣਾ, ਇੰਨਾ ਭਰਨਾ ਸੀ ਤਾਂ ਗਰੀਬ ਅੱਗੇ, ਪੈਸੇ ਖਾਧੇ ਤਾਂ ਮੈਂ ਚੱਲੀ ਹਾਂ, ਜੇ ਮੇਰੇ ਤੋਂ ਪੈਸੇ ਨਾ ਹੋਊਗੇ ਤਾਂ ਮੈਂ ਕੀ ਕਰੂੰਗੀ। ਅਤੇ ਫਿਰ ਬਾਅਦ 'ਚੋਂ ਕਹਿੰਦੀ 2 ਲੱਖ, ਮੈਂ ਫਿਰ ਜਵਾਬ ਦਿੱਤਾ, ਮੈਂ ਕਿਹਾ ਮੈਂ ਨਹੀਂ ਜਾਣਾ। ਕਹਿੰਦੀ ਤੂੰ ਇੱਦਾਂ ਕਰ, ਪੈਸੇ 40 ਹਜ਼ਾਰ ਰੁਪਇਆ ਮੰਗਦੀ ਸੀ ਮੇਰੇ ਕੋਲੋਂ, ਮੇਰੇ ਕੋਲ ਨਹੀਂ ਸੀਗਾ 40 ਹਜ਼ਾਰ ਰੁਪਇਆ। ਕਹਿੰਦੀ 40 ਹਜ਼ਾਰ ਰੁਪਇਆ ਤੂੰ ਦੇਣਾ ਆ ਮੈਨੂੰ। ਮੈਂ ਕਿਹਾ ਵੀ 40 ਹਜ਼ਾਰ ਰੁਪਇਆ ਮੇਰੇ ਕੋਲ ਨਹੀਂ ਹੈਗਾ। ਫਿਰ ਕਹਿੰਦੀ ਤੂੰ ਇੱਦਾਂ ਕਰੀ, ਤੂੰ ਚੱਲ ਮੈਂ ਕਰ ਦਿੰਦੀ ਹਾਂ ਆਪੇ ਅਰੇਂਜਮੈਂਟ ਕਰ ਦਿੰਦੀ, ਤੂੰ ਆਪੇ ਫਿਰ ਤੂੰ ਬਾਅਦ 'ਚੋਂ ਦੇ ਦੀ ਮੈਨੂੰ ਕੋਈ ਨਹੀਂ, ਇੰਨੇ ਕਮਾਉਣੇ ਹੀ ਆ ਤੂੰ ਦੇ ਦੀ। ਫਿਰ ਮੈਂ ਜਿੱਦਾਂ ਮੈਨੂੰ ਉਹਨੇ ਕਿਹਾ ਫਿਰ ਮੈਂ ਉੱਦਾਂ ਕਰ ਲਈ। ਤਾਂ ਫਿਰ ਜਿੱਦਾਂ ਜਿੱਦਾਂ ਫਿਰ ਉਹ ਜਿੱਦਾਂ ਜਿੱਦਾਂ ਮੈਨੂੰ ਉਹਨੇ ਕਿਹਾ ਮੈਂ ਉਹ ਜਿੱਦਾਂ ਉਹਨੇ ਕਦਮ ਕਿਹਾ ਚੱਕਣੇ ਨੂੰ ਉੱਦਾਂ ਚੱਕ ਲਵੇ। ਫਿਰ ਮੈਂ ਆਪਣੇ ਘਰਦਿਆਂ ਨੂੰ ਵੀ ਦੱਸਿਆ ਸੀ, ਵੈਸੇ ਮੈਂ ਸਾਊਦੀ ਅਰਬ ਜਾਣਾ, ਪਰ ਮੇਰੇ ਸਾਰਿਆਂ ਨੇ ਘਰਦਿਆਂ ਨੇ ਕਿਹਾ ਸੀਗਾ ਨਹੀਂ ਜਾਣਾ ਉੱਧਰ, ਪਰ ਮੈਂ ਉਹਨਾਂ ਦਾ ਕਹਿਣਾ ਨਹੀਂ ਮੰਨਿਆ, ਪਰ ਆਪਣੀ ਮਰਜ਼ੀ ਕੀਤੀ। ਹਾਂਜੀ, ਅਤੇ ਫਿਰ ਫਸ ਗਈ ਉੱਧਰ ਜਾ ਕੇ। ਬਿਲਕੁਲ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ, ਅਕਵਿੰਦਰ ਕੌਰ ਨੇ ਦੱਸਿਆ ਕਿ ਬਿਨਾਂ ਪੈਸੇ ਲਿਆ ਇਹਨਾਂ ਨੂੰ ਉੱਥੇ ਭੇਜ ਦਿੱਤਾ ਗਿਆ, ਟਿਕਟ ਵੀ ਉਹਨਾਂ ਨੇ ਖੁਦ ਕਰਵਾ ਕੇ ਦਿੱਤੀ, ਸਾਰਾ ਕੁਝ ਖੁਦ ਕਰਵਾ ਕੇ ਦਿੱਤਾ। ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾਂਦਾ ਆ ਕਿਉਂਕਿ ਇੱਥੇ ਜਿਹੜੇ ਪਰਿਵਾਰ ਜਿਨ੍ਹਾਂ ਦਾ ਗੁਜ਼ਾਰਾ ਔਖਾ ਚੱਲਦਾ ਆ ਉਹਨਾਂ ਦੀ ਮਜਬੂਰੀ ਦਾ ਫਾਇਦਾ ਜਿਹੜਾ ਆ ਉਹ ਉਠਾਇਆ ਜਾਂਦਾ ਆ। ਤਾਂ ਇਹਨਾਂ ਕੋਲੋਂ ਤਾਂ ਕੋਈ ਪੈਸਾ ਨਹੀਂ ਲਿਆ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਨੂੰ ਅੱਗੇ ਉੱਥੇ ਸਾਊਦੀ ਅਰਬ ਦੇ ਵਿੱਚ ਵੇਚ ਕੇ ਅਤੇ ਉਹਨਾਂ ਨੇ ਪੈਸੇ ਜਿਹੜੇ ਆ ਉਹ ਲੈ ਲਏ ਸੀਗੇ, ਉਹ ਗੱਲ ਦਾ ਜਿਹੜਾ ਆ ਉਹ ਇਹਨਾਂ ਨੂੰ ਵੀ ਨਹੀਂ ਸੀਗਾ ਪਤਾ। ਸੋ ਜਦੋਂ ਫਿਰ ਇੱਥੋਂ ਤੁਸੀਂ ਗਏ ਅਤੇ ਦਿੱਲੀ ਤੋਂ ਤੁਹਾਡੀ ਜਿਹੜੀ ਟਿਕਟ ਸੀਗੀ ਦਿੱਲੀ ਤੋਂ ਤੁਸੀਂ ਫਿਰ ਫਲਾਈਟ ਲਈ? ਦਿੱਲੀ ਤੋਂ ਮੈਂ ਫਲਾਈਟ ਲਈ ਸੀਗੀ। ਦਿੱਲੀ ਤੋਂ ਫਿਰ ਉੱਥੋਂ ਮਤਲਬ ਕਿ ਜਿਹੜੀ ਏਜੰਟਣੀ ਸੀ ਨਾ ਉਹ ਕਹਿੰਦੀ ਸੀ ਵੀ ਮੇਰਾ ਘਰ ਵਾਲਾ ਆ ਮੋਹਰੇ ਲੈਣ ਆਉਣਾ ਤੁਹਾਨੂੰ, ਅਤੇ ਮੋਹਰੇ ਮੈਨੂੰ ਉਹਨਾਂ ਨੇ ਨੰਬਰ ਦਿੱਤਾ ਸੀਗਾ, ਉਹਨਾਂ ਦਾ ਨੰਬਰ ਦਿੱਤਾ। ਮੈਂ ਉੱਥੇ ਜਾ ਕੇ ਫੋਨ ਕੀਤਾ ਜਿੱਥੇ ਮਤਲਬ ਸਟੇਅ ਸੀਗੀ, ਜਿਹੜੇ ਜਿੱਥੇ ਮੈਂ ਗਈ ਸੀਗੀ ਉੱਥੇ ਮੇਰੀ ਸਟੇਅ ਸੀ। ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਤੂੰ ਉੱਥੇ ਜਾ ਕੇ ਫੋਨ ਕਰ ਲਈ, ਕਿਸੇ ਦੇ ਫੋਨ ਤੋਂ ਵੀ ਫੋਨ ਕਰ ਲਈ। ਅਤੇ ਮੈਂ ਉੱਥੇ ਜਾ ਕੇ ਫੋਨ ਕੀਤਾ, ਉਹ ਬੰਦਾ ਨਹੀਂ ਲੈਣ ਆਇਆ ਮੈਨੂੰ, ਲੇਡੀਜ਼ ਮੋਹਰੇ ਲੈਣ ਵਾਸਤੇ ਆਈ। ਅਤੇ ਉਹਨਾਂ ਨੇ ਫਿਰ ਮੈਨੂੰ ਲੈ ਗਏ, ਲੈ ਕੇ ਗੱਡੀ 'ਚ ਲੈ ਗਏ, ਗੱਡੀ 'ਚ ਪਾ ਕੇ ਫਿਰ ਇੱਕ ਜਨਾਨੀ ਸੀ ਲੈਣ ਵਾਸਤੇ ਆਈ, ਫਿਰ ਉਹਨੇ ਮੇਰਾ ਪਾਸਪੋਰਟ ਉਹਨਾਂ ਨੇ ਮੇਰੇ ਕੋਲ ਲੈ ਲਿਆ, ਪਾਸਪੋਰਟ ਲੈ ਲਿਆ। ਫਿਰ ਉਹਨਾਂ ਨੇ ਪਾਸਪੋਰਟ ਲੈ ਕੇ ਤਾਂ ਉਹਨਾਂ ਨੇ ਮਤਲਬ ਕਿ ਸੋਧੀ ਦਾ ਮੇਰਾ ਵੀਜ਼ਾ ਕੀਤਾ ਉੱਥੇ, ਜਿੱਦਾਂ ਲਿਸਟ ਜੀ ਸੀਗੀ ਅਤੇ ਮੇਰੇ ਪਾਸਪੋਰਟ 'ਤੇ ਉਹਨਾਂ ਨੇ ਗੱਡੀ 'ਚ ਕੀਤਾ ਸਾਰਾ ਕੁਛ। ਅਤੇ ਫਿਰ ਬਾਅਦ 'ਚੋਂ ਫਿਰ ਮੈਨੂੰ ਜਿੱਥੇ ਉਹਨਾਂ ਨੇ ਕਰਕੇ ਗੱਡੀ 'ਚ ਗੱਡੀ ਸਾਈਡ 'ਤੇ ਕਰਕੇ ਤਾਂ ਚੋਰੀ ਛਿਪੇ ਉਹਨਾਂ ਨੇ ਜੋ ਵੀ ਕੀਤਾ ਉੱਥੇ ਗੱਡੀ 'ਚ ਕੀਤਾ। ਅਤੇ ਸਾਬਣ ਦੀ ਲਿਸਟ ਜੀ ਦਿੱਤਾ ਸੀ ਮੈਨੂੰ ਬਣਾ ਕੇ ਵੀ ਇਹ ਕਹਿੰਦੇ ਕਿਸੇ ਨੂੰ ਦਿਖਾਉਣਾ ਨਹੀਂ ਹੈਗਾ, ਕੱਪੜਿਆਂ 'ਚ ਮਤਲਬ ਲੁਕੋ ਦਿੱਤਾ ਸੀ ਉਹਨਾਂ ਨੇ ਜਿਹੜਾ ਵੀਜ਼ਾ ਸੀ ਨਾ ਮੇਰਾ ਜਿਹੜਾ ਲਵਾਇਆ ਸੀ, ਇੱਥੇ ਨਹੀਂ ਵੀਜ਼ਾ ਲੱਗਾ ਸੀ ਮੇਰਾ। ਤਾਂ ਜਿੱਥੇ ਸਟੇਅ ਸੀ ਨਾ ਉੱਥੇ ਜਾ ਕੇ ਮੇਰਾ ਵੀਜ਼ਾ ਲਵਾਇਆ ਸੀ ਉਹਨਾਂ ਨੇ, ਲਿਸਟ ਜਿਹਾ ਪੇਪਰ ਜਿਹਾ ਸੈਂਟ ਜਿਹਾ ਤੋਂ ਉੱਪਰ ਲਾਇਆ ਸੀ ਉਹਨਾਂ ਨੇ ਵੀਜ਼ਾ ਸੋਧੀ ਦਾ, ਇੱਥੇ ਮੇਰਾ ਸੋਧੀ ਦਾ ਵੀਜ਼ਾ ਨਹੀਂ ਕਹਿੰਦੇ ਲੱਗਾ। ਅਤੇ ਫਿਰ ਬਾਅਦ 'ਚੋਂ ਜਿੱਦਾਂ ਉਹਨਾਂ ਨੇ ਮੈਨੂੰ ਫਲੈਟ 'ਤੇ ਫਿਰ ਮੋਹਰੇ ਫਲੈਟ ਅੱਗੇ ਮੋਹਰੇ ਕਰ ਦਿੱਤੀ ਉਹਨਾਂ ਨੇ ਮੇਰੀ। ਅਤੇ ਫਿਰ ਉਹਨਾਂ ਨੇ ਮੈਨੂੰ ਮੋਹਰਿਓ ਫਿਰ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੇ ਕੀਤਾ ਮੈਨੂੰ ਨਹੀਂ ਪਤਾ ਫਿਰ ਇਸ ਗੱਲ ਦਾ। ਫਿਰ ਘਰ ਦੀ ਫੈਮਿਲੀ ਮੈਨੂੰ ਲੈਣ ਆਈ ਉੱਥੇ, ਤੁਸੀਂ ਪਹੁੰਚ ਗਏ ਤੁਹਾਨੂੰ ਲੈਣ ਆਏ, ਪਹਿਲਾਂ ਗਏ ਜਦੋਂ ਜਾ ਕੇ ਪਹਿਲੇ ਦਿਨ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਵਰਤਾਅ ਕੀਤਾ ਗਿਆ? ਮੈਨੂੰ ਉਦਣ ਵੀ ਰੋਟੀ ਨਹੀਂ ਦਿੱਤੀ ਸੀ ਜਾ ਕੇ, ਮੈਂ ਤਾਂ ਕਿਸੇ ਨੂੰ ਨਾ ਉਹਨਾਂ ਨੂੰ ਸਮਝ ਆਉਂਦੀ ਸੀ ਮੇਰੀ ਅਤੇ ਨਾ ਉਹਨਾਂ ਨੂੰ ਮੇਰੀ ਸਮਝ ਆਉਂਦੀ ਸੀ ਵੀ ਮੈਂ ਕੀ ਕਹਿੰਦੀ ਪਈ ਉਹਨਾਂ ਨੂੰ।
ਸਮਝ ਤਾਂ ਉੱਦਣ ਹੀ ਮੇਰਾ ਉੱਦਣ ਹੀ ਮੈਨੂੰ ਹੋਰ ਤਰ੍ਹਾਂ ਹੋਣ ਲੱਗ ਪਈ ਸੀ, ਘੁੱਟਣ ਹੋਣ ਲੱਗ ਪਈ ਸੀ। ਮੈਂ ਘੁੱਟਮ 'ਚ ਆ ਗਈ ਹਾਂ, ਮੈਂ ਕਿੱਥੇ ਆ ਗਈ? ਮੈਂ ਉੱਦਣ ਹੀ ਰੋਣ ਲੱਗ ਪਈ ਸੀ, ਮੈਂ ਕਿੱਥੇ ਆ ਗਈ ਹਾਂ, ਆਪਣੇ ਬੱਚੇ ਛੱਡ ਕੇ ਕਿੱਥੇ ਆ ਗਈ ਹਾਂ। ਉਸ ਦਿਨ ਹੀ ਮੈਨੂੰ ਮਹਿਸੂਸ ਹੋ ਗਿਆ, ਪਰ ਮੈਨੂੰ ਹਫ਼ਤਾ ਕੁ ਵਧੀਆ ਰੱਖਿਆ ਉਹਨਾਂ ਨੇ। ਫਿਰ ਬਾਅਦ 'ਚ ਮੇਰੇ ਨਾਲ ਜ਼ੁਲਮ ਕਰਨ ਲੱਗ ਪਏ, ਲੋਕਾਂ ਦੇ ਕੰਮ ਕਰਾਉਣ ਲੱਗ ਪਏ, ਆਪਣਾ ਕੰਮ ਕਰਾਉਣ ਲੱਗ ਪਏ, ਮੀਟ ਵਢਾਉਣ ਲੱਗ ਪਏ, ਕਈ ਕੁਛ ਕਰਾਉਣ ਲੱਗ ਪਏ ਮੇਰੇ ਕੋਲੋਂ। ਕਿੰਨਾ ਚਿਰ ਤੁਸੀਂ ਉੱਥੇ ਲਗਾਇਆ, ਕਿੰਨੇ ਮਹੀਨੇ ਉੱਥੇ ਰਹੇ? ਮੈਂ 2 ਮਹੀਨੇ ਰਹੀ ਹਾਂ, 3ਜਾ ਮਹੀਨਾ ਸਟਾਰਟਿੰਗ ਸੀਗਾ। ਹਾਂਜੀ। ਅਤੇ ਫਿਰ ਤੁਹਾਨੂੰ ਕੋਈ ਉਹਨਾਂ ਨੇ ਪੈਸਾ ਵੀ ਦਿੱਤਾ, ਤਨਖਾਹ ਵੀ ਦਿੱਤੀ? ਕੋਈ ਨਹੀਂ ਦਿੱਤਾ ਪੈਸਾ, ਪਹਿਲੇ ਮਹੀਨੇ ਦਿੱਤਾ, ਬਾਅਦ 'ਚ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਉਹਨਾਂ ਨੇ। ਕਿੰਨੇ ਪੈਸੇ ਦਿੱਤੇ ਪਹਿਲੇ ਮਹੀਨੇ ਨੇ? ਪਹਿਲੇ ਮੈਨੂੰ 1000 ਰੁਪਇਆ ਦਿੱਤਾ ਉਹਨਾਂ ਨੇ, 1000 ਰੁਪਇਆ ਵੀ ਮੈਨੂੰ ਨਹੀਂ ਦਿੱਤਾ ਸੀਗਾ, ਉਹ ਮੇਰੇ ਇੱਧਰ ਇੱਧਰ ਪਾ ਦਿੱਤਾ ਸੀਗਾ। ਹਾਂਜੀ। ਉਹ ਮਿਲ ਗਿਆ ਪਰਿਵਾਰ ਨੂੰ ਪੈਸੇ? ਉਹ ਜੀ ਉਹ ਮਿਲ ਗਏ ਸੀਗੇ, ਉਹ ਵੀ ਜਿਹੜਾ ਅਸੀਂ ਚੱਕਣ ਚੱਕਿਆ ਸੀਗਾ ਉਹ ਇਹਨਾਂ ਨੇ ਮਗਰੋਂ ਲਾ ਦਿੱਤਾ, ਜਿਹੜੇ ਅਸੀਂ ਪੈਸੇ ਫੜ ਕੇ ਫੜੇ ਸੀਗੇ ਉਹ ਇਹਨਾਂ ਨੇ ਫੜਾਤੇ। ਹਾਂਜੀ। ਕੰਮ ਜਿਹੜਾ ਉੱਥੇ ਲਿਆ ਜਾਂਦਾ ਸੀ ਤੁਹਾਡੇ ਕੋਲ, ਕੀ ਕਹਿ ਕੇ ਖੜਿਆ ਗਿਆ ਸੀ ਅਤੇ ਅੱਗੇ ਕੀ ਕਰਵਾਇਆ ਜਾਂਦਾ ਸੀ? ਮੈਨੂੰ ਸਿਰਫ ਉਹਨਾਂ ਨੇ ਕਿਹਾ ਸੀਗਾ ਵੀ ਝਾੜੂ ਪੋਚਾ ਕਰਨਾ ਅਤੇ ਕੱਪੜੇ ਧੋਣੇ, ਅਤੇ ਕੰਮ ਉੱਥੇ ਇੰਨਾ ਕੁ ਜ਼ਿਆਦਾ ਸੀ ਨਾ, ਨਾ ਮੈਨੂੰ ਸੌਣ ਨੂੰ ਮਿਲਦਾ ਸੀ, ਨਾ ਮੈਨੂੰ ਖਾਣ ਨੂੰ ਮਿਲਦਾ ਸੀ, ਨਾ ਮੈਨੂੰ ਕੁਛ ਨਹਾਉਣ ਨੂੰ ਮਿਲਦਾ ਸੀ, ਕੁਛ ਵੀ ਨਹੀਂ ਸੀ ਮੈਨੂੰ, ਨਾ ਮੈਨੂੰ ਬਹਿਣ ਨੂੰ ਮਿਲਦਾ ਸੀ ਉੱਥੇ। ਉੱਥੇ ਬੱਚੇ ਵੀ ਸਾਂਭਣੇ, ਲੋਕਾਂ ਦਾ ਵੀ ਕੰਮ ਕਰਾਉਂਦੀ ਸੀ, ਆਪਣੇ ਘਰਾਂ ਦਾ ਵੀ ਕੰਮ ਕਰਾਉਂਦੀ ਸੀ, ਇੰਨਾ ਕੁ ਕੰਮ ਕਰਾਉਂਦੀ ਸੀ, ਇੱਕ ਹਿਸਾਬ ਦੀ ਮੈਂ ਉੱਥੇ ਮਰੀਓ ਮੁੱਕੀ ਸੀਗੀ। ਹਾਂਜੀ। ਅਤੇ ਜਿਸ ਤਰ੍ਹਾਂ ਤੁਸੀਂ ਕੰਮ ਕਰਦੇ ਸੀ, ਫਿਰ ਖਾਣ ਨੂੰ ਕੀ ਦਿੰਦੇ ਸੀ ਤੁਹਾਨੂੰ? ਖਾਣ ਨੂੰ ਕੁਛ ਨਹੀਂ ਦਿੰਦੇ ਸੀਗੇ, ਮੈਂ ਉਹ ਚੋਰੀ ਛਿਪੇ ਖਾਂਦੀ ਸੀ। ਕੈਮਰੇ ਲੱਗੇ ਸੀ ਉਹਦੇ ਘਰ ਸਾਰੇ, ਰਸੋਈ 'ਚ ਕੈਮਰਾ, ਸਾਰੇ ਪਾਸੇ ਕੈਮਰੇ ਕੈਮਰੇ ਲੱਗੇ ਹੋਏ ਸੀਗੇ, ਕੁਛ ਨਹੀਂ ਦਿੰਦੇ ਸੀ ਖਾਣੇ ਨੂੰ। ਪਾਣੀ ਪੀ ਕੇ ਆਪਣਾ ਗੁਜ਼ਾਰਾ ਕਰਦੀ ਸੀ ਮੈਂ ਉੱਥੇ, 2 ਮਹੀਨੇ ਮੈਂ ਪਾਣੀ ਪੀ ਕੇ ਗੁਜ਼ਾਰਾ ਕੀਤਾ ਆ, ਨਾ ਮੈਂ ਸੁੱਤੀ ਹਾਂ, ਨਾ ਮੈਂ ਬੈਠੀ ਹਾਂ ਕਿਤੇ, ਨਾ ਕੁਛ। ਫਿਰ ਜਦੋਂ ਤੁਹਾਨੂੰ 1 ਮਹੀਨੇ ਤੋਂ ਬਾਅਦ ਦੇ ਵਿੱਚ ਉੱਥੇ ਮਹਿਸੂਸ ਹੋਇਆ ਕਿ ਮੈਨੂੰ ਇੱਥੇ ਇਹਨਾਂ ਨੇ ਇੱਕ ਜੇਲ੍ਹ ਦੇ ਵਾਂਗ ਜਾਂ ਬੰਧਕ ਬਣਾ ਕੇ ਰੱਖਿਆ ਆ, ਫਿਰ ਕੀ ਕੀਤਾ ਤੁਸੀਂ? ਕਿਸ ਤਰ੍ਹਾਂ ਜਿਹੜੀ ਇੱਕ ਵੀਡੀਓ ਤੁਹਾਡੀ ਆਈ ਸੀਗੀ ਜਿਹੜੀ ਸਾਰਿਆਂ ਨੇ ਦੇਖੀ ਆ, ਉਹ ਕਿਸ ਤਰ੍ਹਾਂ ਤੁਸੀਂ ਵੀਡੀਓ ਪਾਈ, ਫੋਨ ਕਿਸ ਤਰ੍ਹਾਂ ਤੁਹਾਨੂੰ ਮਿਲਿਆ, ਅਤੇ ਕਿਸ ਤਰ੍ਹਾਂ ਤੁਸੀਂ ਉਹ ਵਟਸਐਪ ਦੇ ਥਰੂ ਜਿਹੜੀ ਇੰਟਰਨੈਟ 'ਤੇ ਪਾਈ? ਮੇਰਾ ਪਹਿਲਾਂ ਇੱਥੋਂ ਫੋਨ ਸੀਗਾ, ਉਹਨਾਂ ਨੇ ਕਨੈਕਟ ਕੀਤਾ ਸੀਗਾ ਵਾਈਫਾਈ ਮੇਰਾ ਫੋਨ ਸੀਗਾ, ਅਤੇ ਉਹਨਾਂ ਨੇ ਮੈਂ 1 ਮਹੀਨੇ ਬਾਅਦ ਮੈਂ ਇੱਦਾਂ ਚੱਕ ਲਿਆ ਸੀ ਕਦਮ ਵੀ ਮੈਂ ਇੱਥੇ ਨਹੀਂ ਰਹਿ ਸਕਦੀ, ਵੀ ਇੱਥੇ ਮੇਰੀ ਮੌਤ ਆ, ਮੈਂ ਮੌਤ ਤੋਂ ਮੈਂ ਕਿਸੇ ਤਰੂਫ ਨਹੀਂ ਨਿਕਲ ਸਕਦੀ, ਸਿਰਫ ਇੱਕ ਵਟਸਐਪ ਕਰਕੇ ਨਿਕਲੀ ਹਾਂ ਮੈਂ ਇੱਥੇ, ਜਿਹੜੀ ਮੈਂ ਫੋਟੋ ਸੈਂਡ ਕਰ ਦਿੱਤੀ ਉਹ ਵੀ ਮੈਂ ਮੈਨੂੰ ਕਿਸੇ ਨੇ ਨੰਬਰ ਦਿੱਤਾ ਸੀਗਾ ਪੰਜਾਬੀ ਦਾ, ਉੱਧਰ ਦਾ ਡਰਾਈਵਰ ਸੀਗਾ ਕੋਈ, ਵੀ ਉਹਨਾਂ ਨੇ ਮੈਨੂੰ ਸਮਝਾਇਆ ਵੀ ਤੂੰ ਨਿਕਲਣਾ ਚਾਹੁੰਦੀ ਤੈਨੂੰ ਅਸੀਂ ਕੱਢਾਂਗੇ। ਮੈਂ ਉਹਨਾਂ ਨੂੰ ਰੋ ਕਰਲੋ ਕੇ ਆਪਣੀ ਮੂਵੀ ਪਾਈ ਵੀ ਮੈਨੂੰ ਕਢਾਓ, ਮੈਂ ਮਰ ਜਾਣਾ ਇੱਥੇ, ਮੈਂ ਇੱਥੇ ਨਹੀਂ ਰਹਿ ਸਕਦੀ, ਮੈਨੂੰ ਕਢਾ ਸਕਦੇ ਤਾਂ ਮੈਨੂੰ ਕੋਈ ਕਢਾਓ। ਫਿਰ ਮੈਨੂੰ ਬਾਬਾ ਜੀ ਨੇ ਕਢਾਇਆ, ਸੰਦੀਪ ਬਾਬਾ ਜੀ ਨੇ ਕਢਾਇਆ ਮੈਨੂੰ, ਉਹਨਾਂ ਦਾ ਨਾਮ ਮੈਂ ਬਹੁਤ ਧੰਨਵਾਦ ਕਰਦੀ ਜਿਹਨਾਂ ਨੇ ਮੇਰੀ ਜਾਨ ਬਚਾਈ, ਜਿਨ੍ਹਾਂ ਨੇ ਮੇਰੇ ਬੱਚਿਆਂ 'ਚ ਮੈਨੂੰ ਪਹੁੰਚਾਇਆ। ਉੱਥੇ ਕੁਝ ਲੋਕ ਤੁਹਾਨੂੰ ਜਿਹੜੇ ਇੰਡੀਆ ਦੇ ਸੀਗੇ ਉਹ ਵੀ ਮਿਲੇ ਜਾਂ ਕੀ ਉਹਨਾਂ ਨਾਲ ਗੱਲਬਾਤ ਕੋਈ ਹੋਈ? ਮੇਰੀ ਕੋਈ ਗੱਲ ਨਹੀਂ ਹੋਈ, ਮੇਰੀ ਫੋਨ 'ਤੇ ਗੱਲ ਹੁੰਦੀ ਸੀ ਸਾਰਿਆਂ ਨਾਲ ਹੀ। ਬਹੁਤ ਲੋਕ ਸੀਗੇ ਜਿਹੜੇ ਇੰਡੀਆ ਨੇ, ਮੈਨੂੰ ਬਹੁਤ ਹੈਲਪ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਮੈਨੂੰ ਅੰਦਰ ਬੰਦ ਕੀਤਾ ਸੀ, ਮੈਂ ਕੀ ਕਰ ਸਕਦੀ ਸੀ, ਮੈਂ ਕੁਛ ਨਹੀਂ ਕਰ ਸਕਦੀ ਸੀਗੀ। ਪਰ ਬਹੁਤ ਲੋਕਾਂ ਨੇ, ਮੁੰਡਿਆਂ ਨੇ ਬਹੁਤ ਜ਼ਿਆਦਾ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਬਹੁਤ ਕੀਤੀ ਵੀ ਨਹੀਂ ਕੀਤੀ, ਬਹੁਤ ਵੀਰਾਂ ਨੇ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ, ਪਰ ਉਹਨਾਂ ਦੇ ਹੱਥ ਵੱਸ ਕੁਛ ਨਹੀਂ ਸੀਗਾ, ਨਾ ਮੈਨੂੰ ਕੋਈ ਡਰੈਸ ਦਾ ਪਤਾ ਸੀ, ਨਾ ਉਹਨਾਂ ਨੂੰ ਕੋਈ ਪਤਾ ਸੀਗਾ। ਫਿਰ ਇਸ ਕਰਕੇ ਵੀ ਉਹ ਵੀ ਮਜਬੂਰ ਸੀਗੇ ਅਤੇ ਮੈਂ ਵੀ ਮਜਬੂਰ ਸੀ, ਮੈਂ ਤਾਂ ਅੰਦਰ ਸੀ, ਮੈਂ ਤਾਂ ਕੁਛ ਕਰ ਨਹੀਂ ਸੀ ਸਕਦੀ। ਮੈਨੂੰ ਬਹੁਤ ਜਣਿਆਂ ਨੇ ਕਿਹਾ ਵੀ ਤੂੰ ਨੱਠ ਜਾ ਇੱਥੋਂ ਜਾਂ ਇੱਦਾਂ ਕੁਛ ਕਰ ਲਾ, ਪਰ ਮੈਂ ਕੋਈ ਇੱਦਾਂ ਦਾ ਕੋਈ ਕਦਮ ਚੱਕ ਕੇ ਨਹੀਂ ਸਕਦੀ ਸੀਗੀ, ਇੰਨੀ ਕੁ ਕੈਦ ਹੋ ਗਈ ਸੀ ਮੈਂ ਅੰਦਰ, ਕੁਛ ਕਰ ਹੀ ਨਹੀਂ ਸੀ ਸਕਦੀ। ਜਦੋਂ ਤੁਸੀਂ ਉੱਥੇ ਗਏ, ਜਿਸ ਤਰ੍ਹਾਂ ਤੁਸੀਂ ਦੱਸਿਆ 2 ਮਹੀਨੇ ਰਹੇ, ਤਾਂ ਤੁਹਾਡੇ ਪਰਿਵਾਰ ਦੇ ਨਾਲ ਗੱਲ ਹੁੰਦੀ ਰਹੀ? ਮੇਰੀ ਹਫ਼ਤਾ ਕੁ ਗੱਲ ਹੋਈ ਆ, ਬਾਅਦ 'ਚੋਂ ਮੇਰੀ ਗੱਲ ਨਹੀਂ ਹੋਈ ਅੱਛੀ ਤਰ੍ਹਾਂ ਕਿਸੇ ਨਾਲ ਵੀ ਨਹੀਂ ਗੱਲ ਹੋਈ। ਮੈਂ ਹਫ਼ਤਾ ਕੁ ਗੱਲ ਕੀਤੀ ਆ, ਬਾਅਦ 'ਚੋਂ ਮੇਰੀ ਗੱਲ ਕਿਤੇ ਹੋਣੀ ਕਿਤੇ ਨਹੀਂ ਹੋਣੀ, ਕਿਤੇ ਹੋਣੀ ਕਿਤੇ ਨਹੀਂ ਹੋਣੀ। ਜਿਹੜੀਆਂ ਤੁਸੀਂ ਵਟਸਐਪ ਦੇ ਉੱਤੇ ਵੀਡੀਓ ਬਣਾ ਕੇ ਪਾਈਆਂ ਜਾਂ ਜੋ ਵੀ ਕੀਤਾ, ਉਹ ਤੁਸੀਂ ਇਕੱਲਿਆਂ ਨੇ ਕੀਤਾ ਸਾਰਾ ਕੁਛ ਕਿ ਨਾਲ ਕੋਈ? ਇਕੱਲੀ ਨੇ ਕੀਤਾ ਮੈਂ ਜੋ ਵੀ ਕੀਤਾ। ਹਾਂਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਪੜ੍ਹੇ ਲਿਖੇ ਨਹੀਂ ਸੀਗੇ ਅਤੇ ਵਟਸਐਪ ਚਲਾ ਲੈਂਦੇ ਸੀ ਜਾਂ ਇੱਥੇ ਪਹਿਲਾਂ ਚਲਾਉਂਦੇ ਰਹੇ ਸੀ? ਨਹੀਂ, ਮੈਂ ਚਲਾਉਂਦੀ ਸੀ ਇੱਥੇ ਵਟਸਐਪ, ਮੈਨੂੰ ਸਿਖਾਇਆ ਸੀਗਾ, ਮੈਂ ਸਿੱਖਿਆ ਸੀ, ਮੈਨੂੰ ਜਿਨ੍ਹਾਂ ਨੇ ਮਤਲਬ ਕਿ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਨਾ ਵੀ ਤੂੰ ਵੀਡੀਓ ਬਣਾਉਣੀ ਹੈ, ਮੈਨੂੰ ਉਹਨਾਂ ਨੇ ਸੈਂਡ ਕਰਕੇ ਪਹਿਲਾਂ ਮੈਨੂੰ ਦੱਸਿਆ ਸੀ ਵੀ ਤੂੰ ਇੱਦਾਂ ਸੈਂਡ ਕਰਨੀ ਆ। ਪਹਿਲਾਂ ਮੈਨੂੰ ਇੱਦਾਂ ਨਹੀਂ ਪਤਾ ਸੀਗਾ ਵੀ ਇਹਦੇ 'ਚ ਵਟਸਐਪ 'ਚ ਮੂਵੀ ਵੀ ਬਣ ਜਾਂਦੀ ਹੈ, ਮੈਨੂੰ ਕੁਛ ਨਹੀਂ ਪਤਾ ਸੀ ਇਹਦੇ ਬਾਰੇ, ਇਹਦੇ ਬਾਰੇ ਕੁਛ ਨਹੀਂ ਪਤਾ ਸੀ ਮੈਨੂੰ। ਹਾਂਜੀ। ਸੋ ਬਿਲਕੁਲ ਜਿਸ ਤਰ੍ਹਾਂ ਨੇ ਦੱਸਿਆ ਕਿ ਵਟਸਐਪ ਦੇ ਥਰੂ ਇਹਨਾਂ ਨੇ ਇੱਕ ਵੀਡੀਓ ਬਣਾਈ, ਜਿਹੜੀ ਵੀਡੀਓ ਇਹਨਾਂ ਨੇ
ਵੱਖ ਵੱਖ ਗਰੁੱਪਾਂ ਦੇ ਵਿੱਚ ਜਾਂ ਕਿਸੇ ਨੂੰ ਪਾਈ ਅਤੇ ਉਹ ਅੱਗੇ ਪਹੁੰਚਦੀ ਜਿਹੜੀ ਆ ਉਹ ਭਾਰਤ ਦੇ ਵਿੱਚ ਪਹੁੰਚੀ, ਫਿਰ ਪੰਜਾਬ ਦੇ ਵਿੱਚ ਪਹੁੰਚੀ ਅਤੇ ਫਿਰ ਯਤਨ ਜਿਹੜੇ ਆ ਉਹ ਵੀ ਸ਼ੁਰੂ ਹੋਏ ਅਤੇ ਉਸ ਉੱਥੋਂ ਹੀ ਫਿਰ ਜਿਹੜਾ ਇੱਕ ਗੱਲ ਤੁਰੀ ਅਤੇ ਬਾਅਦ ਦੇ ਵਿੱਚ ਇਹ ਅੱਜ ਆਪਣੇ ਪਰਿਵਾਰ ਦੇ ਵਿੱਚ ਬੈਠੇ ਆ। ਫਿਰ ਤੁਹਾਡੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਨੂੰ ਵੀਰ ਸੰਦੀਪ ਸਿੰਘ ਹੁਰੀ ਜਿਹੜੇ ਆ ਉਹਨਾਂ ਨੇ ਇੱਥੇ ਵਾਪਸ ਲੈ ਕੇ ਆਉਂਦਾ, ਜਦੋਂ ਤੁਸੀਂ ਉੱਥੇ ਸੀਗੇ ਇਹਨਾਂ ਦੀ ਗੱਲ ਤੁਹਾਡੇ ਨਾਲ ਹੋਈ ਕੋਈ ਉੱਥੇ? ਹਾਂਜੀ, ਮੈਨੂੰ ਫੋਨ ਇੰਨੇ ਕਹਿੰਦੇ ਸੀਗੇ ਵੀ ਮੈਨੂੰ ਪਤਾ ਨਹੀਂ ਸੀਗਾ ਵੀ ਮੈਨੂੰ ਬਾਬਾ ਜੀ ਨਾਲ ਮੇਰੀ ਗੱਲ ਹੋਈ ਆ, ਬਾਬਾ ਜੀ ਨੇ ਗੱਲ ਕੀਤੀ ਆ ਮੇਰੇ ਨਾਲ। ਫੋਨ ਜਿਹੜਾ ਤੁਹਾਨੂੰ ਆਉਂਦਾ ਸੀਗਾ ਉਹ ਵਟਸਐਪ 'ਤੇ ਆਉਂਦਾ ਸੀ? ਵਟਸਐਪ 'ਤੇ ਨਹੀਂ ਆਉਂਦਾ ਸੀ, ਇੰਨਾ ਕੁ ਫੋਨ ਦਿੱਤਾ ਸੀ ਉਹਨਾਂ ਨੇ, ਮਤਲਬ ਕਿ ਉਹਦੇ ਘਰ ਦਾ ਫੋਨ ਸੀਗਾ, ਮੇਰੀ ਬਾਬਾ ਜੀ ਨਾਲ ਗੱਲ ਹੋਈ ਆ, ਸੰਦੀਪ ਬਾਬਾ ਜੀ ਨਾਲ ਗੱਲ ਹੋਈ ਆ ਮੇਰੀ। ਜਦੋਂ ਤੁਹਾਨੂੰ ਫੋਨ ਆਉਂਦਾ ਸੀਗਾ ਜਿਸ ਤਰ੍ਹਾਂ ਤੁਸੀਂ ਦੱਸਿਆ ਉੱਥੇ ਕੈਮਰੇ ਲੱਗੇ ਸੀ, ਤੁਹਾਨੂੰ ਕੋਈ ਰੋਕਿਆ ਨਹੀਂ ਜਾਂਦਾ ਕਿ ਫੋਨ ਕਿਉਂ ਸੁਣਦੇ ਜੇ ਗੱਲ? ਮੈਨੂੰ ਜਿੱਦਾਂ ਮੇਰਾ ਕਮਰਾ ਸੀ ਨਾ ਉੱਥੇ ਕੈਮਰਾ ਉੱਪਰ ਮੇਰੇ ਕਮਰੇ 'ਚ ਨਹੀਂ ਲੱਗਾ ਸੀਗਾ, ਜਿੱਦਾਂ 3 ਮੰਜ਼ਿਲੀ ਕੋਠੀ ਸੀ ਸਾਰਿਆਂ ਤੋਂ ਉੱਪਰ ਰੱਖਿਆ ਸੀ ਮੈਨੂੰ, ਸਾਰੀ ਉੱਪਰਲੀ ਕੋਠੀ 'ਤੇ ਰੱਖਿਆ ਸੀਗਾ, ਉੱਥੇ ਕੈਮਰੇ ਨਹੀਂ ਲੱਗੇ ਸੀ, ਥੱਲੇ ਥੱਲੇ ਲੱਗੇ ਸੀ ਸਾਰੇ ਪਾਸੇ। ਮੈਂ ਥੱਲੇ ਗੱਲ ਨਹੀਂ ਕਿਸੇ ਨਾਲ ਵੀ ਕਰ ਸਕਦੀ, ਨਾ ਮੈਂ ਫੋਨ ਲੈ ਕੇ ਜਾ ਸਕਦੀ ਸੀ ਥੱਲੇ, ਚੋਰੀ ਗੱਲ ਕਰਦੀ ਸੀ ਮੈਂ ਉੱਪਰ। ਹਾਂਜੀ, ਕੋਠੇ 'ਤੇ ਕਰਦੀ ਸੀ ਗੱਲ ਮੈਂ। ਫਿਰ ਇਹਨਾਂ ਨਾਲ ਗੱਲਬਾਤ ਹੋਈ, ਫਿਰ ਉੱਥੋਂ ਤੁਹਾਡਾ ਪਾਸਪੋਰਟ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਨੇ ਲੈ ਲਿਆ ਸੀਗਾ, ਬਾਅਦ 'ਚ ਤੁਹਾਡਾ ਪਾਸਪੋਰਟ ਵਾਪਸ ਦੇ ਦਿੱਤਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਹੁਣ ਚੱਲ ਜਾਣਾ ਇੱਥੋਂ, ਜਾਂ ਉਹਨਾਂ ਨੇ ਕੋਈ ਜ਼ਬਰਦਸਤੀ ਵੀ ਕੀਤੀ ਕਿ ਨਹੀਂ ਜਾਣ ਦੇਣਾ? ਨਹੀਂ, ਮੈਨੂੰ ਉਹਨਾਂ ਨੇ ਬੰਦ ਕਰਤਾ ਸੀ, ਘਰ ਚੇਂਜ ਕਰਾ ਦਿੱਤਾ ਸੀ, ਪਰ ਬਾਬਾ ਜੀ ਦੀ ਇੰਨੀ ਪਾਵਰ ਸੀ, ਬਾਬਾ ਜੀ ਨੇ ਕਢਾ ਲਿਆ ਮੈਨੂੰ। ਹਾਂਜੀ, ਜਦੋਂ ਉਹਨਾਂ ਨੇ ਏਜੰਟਨੀ ਨੂੰ ਫੜ ਲਿਆ ਸੀਗਾ ਤਾਂ ਫਿਰ ਕੁਛ ਵੀ ਨਹੀਂ ਕਰ ਸਕਦੇ ਸੀਗੇ ਕੋਈ ਉਹ ਵੀ। ਹਾਂਜੀ, ਤੁਹਾਨੂੰ ਉੱਥੇ ਕਦੀ ਇਹ ਕਿਹਾ ਗਿਆ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਦੇ ਕੋਲ ਤੁਸੀਂ ਰਹਿ ਕੇ ਤੁਹਾਨੂੰ ਵੇਚ ਦਿੱਤਾ ਗਿਆ ਆ ਜਾਂ ਤੁਸੀਂ ਹੁਣ ਸਾਰੀ ਉਮਰ ਇੱਥੇ ਰਹਿਣਾ? ਨਹੀਂ, ਮੈਨੂੰ ਇੱਦਾਂ ਕਿਹਾ ਸੀ ਏਜੰਟਨੀ ਨੇ, ਮੈਨੂੰ ਧਮਕੀਆਂ ਦਿੰਦੀ ਸੀ, ਮੈਂ ਉਹਨੂੰ ਕਿਹਾ ਸੀਗਾ, ਮੈਂ ਕਿਹਾ ਵੀ ਮੈਂ ਆਪਣੇ ਇੰਡੀਆ ਜਾਣਾ ਚਾਹੁੰਦੀ, ਮੈਂ ਨਹੀਂ ਰਹਿਣਾ ਚਾਹੁੰਦੀ ਇੱਥੇ। ਮੈਨੂੰ ਕਹਿੰਦੀ ਮੈਂ ਤੈਨੂੰ ਪੁਲਿਸ ਥਾਣੇ ਫੜਾ ਦੇਣਾ, ਆਪਣੇ ਘਰਦਿਆਂ ਨੂੰ ਕਹਿ 2 ਲੱਖ ਰੁਪਈਆ ਭੇਜਣਾ, ਮੈਂ ਤੈਨੂੰ ਮੰਗਾਉਂਦੀ ਹਾਂ ਇੱਥੇ, ਉਹਨਾਂ ਨੂੰ ਕਹੋ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੈਂ 2 ਲੱਖ ਰੁਪਈਆ ਨਹੀਂ ਦੇ ਸਕਦੀ, ਮੈਂ ਇੰਡੀਆ ਜਾਣਾ। ਕਹਿੰਦੀ ਨਹੀਂ, ਤੈਨੂੰ ਉੱਥੇ ਇੱਥੇ ਪੁਲਿਸ ਥਾਣੇ ਫੜਾ ਦੇਣਾ, ਤੈਨੂੰ ਤੂੰ ਕਦੀ ਜ਼ਿੰਦਗੀ 'ਚ ਨਿਕਲ ਨਹੀਂ ਪਾਏਂਗੀ, ਦਲੀਆ ਖਾਏਂਗੀ ਇੱਥੇ। ਮੈਨੂੰ ਧਮਕੀਆਂ ਦੇਣ ਲੱਗ ਪਈ ਸੀਗੀ। ਅਤੇ ਉੱਧਰ ਵਾਲੇ ਲੋਕ ਸੀਗੇ ਜਿਹੜੇ, ਉਹਨਾਂ ਨੇ ਵੀ ਕੋਈ ਧਮਕੀ ਦਿੱਤੀ ਜਾਂ ਜਾਨੋ ਮਾਰਨ ਦਾ ਡਰਾਵਾ ਦਿੱਤਾ ਜਾਂ ਕੁਝ ਇਸ ਤਰ੍ਹਾਂ? ਉਹਨਾਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਮੈਂ ਸੁਸਾਈਡ ਕਰ ਲੈਣੀ, ਮੈਂ ਇੰਨੀ ਗੱਲ ਉਹਨਾਂ ਨੂੰ ਕਹੀ। ਕਹਿੰਦੇ ਤੈਨੂੰ ਅਸੀਂ ਟੀਕਾ ਲਵਾ ਦਿੰਦੇ ਹਾਂ, ਜਿੱਦਾਂ ਮੈਨੂੰ ਪੰਜਾਬ, ਜਿੱਦਾਂ ਮੈਨੂੰ ਉੱਧਰ ਦੀ ਭਾਸ਼ਾ ਤਾਂ ਸਮਝ ਨਹੀਂ ਆਉਂਦੀ ਸੀ, ਉਹਨਾਂ ਨੇ ਮੈਨੂੰ ਟੀਕਾ, ਕਹਿੰਦੇ ਤੇ ਟੀਕਾ ਲਵਾ ਕੇ ਮਾਰ ਦੇਣਾ ਤੈਨੂੰ, ਖਿਲਾਸ ਖਿਲਾਸ ਕਹਿੰਦੇ ਉੱਧਰ, ਕਹਿੰਦੇ ਖਿਲਾਸ ਕਰ ਦੇਣਾ। ਇਸ ਕਰਕੇ ਮੈਂ ਉਹਨਾਂ ਨੂੰ ਕਦੀ ਯਾਰ ਨਹੀਂ ਹੋਣ ਦਿੱਤਾ, ਵੀ ਮੈਂ ਫੋਨ 'ਤੇ ਗੱਲ ਕਰਦੀ ਹਾਂ, ਮੈਂ ਪੰਜਾਬੀਆਂ ਨਾਲ ਗੱਲਾਂ ਕਰਦੀ ਹਾਂ, ਮੈਂ ਉਹਨਾਂ ਨੂੰ ਕਦੀ ਇੱਦਾਂ ਨਹੀਂ ਹੋਣ ਦਿੱਤਾ ਵੀ ਮੈਂ ਜਾਣ ਲੱਗੀ ਹਾਂ ਮੈਂ ਇੰਡੀਆ। ਮੈਂ ਨਹੀਂ ਮਹਿਸੂਸ ਹੋਣ, ਜੇ ਮੈਂ ਕੋਈ ਇੱਦਾਂ ਦਾ ਕਦਮ ਚੱਕਦੀ ਕਿ ਆਪਾਂ ਤਾਂ ਉਹਨਾਂ ਨੇ ਮੇਰੇ ਨਾਲ ਕੀ ਕਰਨਾ ਅਤੇ ਕੀ ਨਹੀਂ ਕਰਨਾ ਸੀਗਾ। ਫਿਰ ਜਦੋਂ ਤੁਹਾਡਾ ਉਹਨਾਂ ਨੇ ਪਾਸਪੋਰਟ ਵਾਪਸ ਕੀਤਾ, ਫਿਰ ਜਦੋਂ ਤੁਹਾਡੀ ਟਿਕਟ ਹੋਈ ਤਾਂ ਟਿਕਟ ਤੁਹਾਨੂੰ ਫਿਰ ਫੋਨ ਦੇ ਜ਼ਰੀਏ ਵਟਸਐਪ ਦੇ ਥਰੂ ਹੀ ਭੇਜੀ ਗਈ? ਨਹੀਂ, ਮੈਨੂੰ ਕੁਛ ਨਹੀਂ ਪਤਾ ਸੀ, ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਮੈਂ ਇੰਡੀਆ ਚੱਲੀ ਹਾਂ। ਮੈਂ ਅੰਦਰ, ਮੈਨੂੰ ਬੰਦ ਕੀਤਾ ਸੀ, ਮੇਰਾ ਬੈਗ ਬੁੱਕ ਕਮਰੇ 'ਚ ਪਿਆ ਸੀਗਾ, ਤਾਂ ਉਹ ਮੇਰਾ ਬੈਗ ਚੱਕ ਕੇ ਲੈ ਆਏ ਉੱਧਰ ਕਮਰੇ 'ਚੋਂ, ਮੈਂ ਸੁੱਤੀ ਸੀਗੀ। ਜਦ ਮੈਂ ਸੁੱਤੀ ਉੱਠੀ ਦੇਖਿਆ ਮੇਰਾ ਬੈਗ ਹੈ ਨਹੀਂ, ਮੈਂ ਇੱਦਾਂ ਘਬਰਾ ਗਈ, ਮੈਂ ਕਿਹਾ ਮੇਰੇ ਬੈਗ ਬੁੱਕ ਕਿੱਥੇ ਗਏ? ਮੈਂ ਉੱਠ ਕੇ ਫਿਰ ਮੈਂ ਉੱਥੇ ਕਮਰੇ 'ਚੋਂ ਆਈ, ਅਤੇ ਉੱਥੇ ਸ਼ਾਂਤਾ ਕਹਿੰਦੇ ਆ ਉੱਧਰਲੇ, ਮੈਂ ਕਿਹਾ ਮੇਰਾ ਸ਼ਾਂਤਾ, ਅਤੇ ਫਿਰ ਉਹਨਾਂ ਨੇ ਮੇਰਾ ਸੂਟ ਦਿੱਤਾ, ਕਹਿੰਦੇ ਆ ਸੂਟ ਪਾ ਲਾ, ਉੱਧਰ ਸੂਟ ਨਹੀਂ ਪਾਉਣ ਦਿੰਦੇ, ਉੱਧਰ ਕੱਪੜੇ ਕਾਲਿਆਂ 'ਚ ਰਹਿਣ ਦਿੰਦੇ ਆ, ਬੁਰਕਾ ਪਾਉਣ ਦਿੰਦੇ ਆ, ਅਤੇ ਕਹਿੰਦੇ ਚੇਂਜ, ਮੈਂ ਚੇਂਜ ਕਰ ਲਿਆ, ਅਤੇ ਮੇਰਾ ਬੈਗ ਚੁਕਾ ਕੇ ਮੇਰਾ ਸਾਰਾ ਸਮਾਨ ਖੋਲ ਲਿਆ ਮੇਰੇ ਕੋਲੋਂ, ਮੈਨੂੰ ਸਮਾਨ ਕੋਈ ਨਹੀਂ ਦਿੱਤਾ, ਅਤੇ ਮੈਨੂੰ ਕਹਿੰਦੀ ਸੂਟ ਪਾ ਲਿਆ, ਜਿਹੜਾ ਮੈਂ ਪਾ ਕੇ ਗਈ ਸੀ ਨਾ ਉਹੀ ਮੈਨੂੰ ਪਾਉਣੇ ਨੂੰ ਕਿਹਾ ਉਹਨਾਂ ਨੇ, ਅਤੇ ਮੈਂ ਡਰਦੀ ਸੀ, ਮੈਨੂੰ ਉਹਨਾਂ ਨੇ ਬੈਗ ਚੁਕਵਾ ਤਾ, ਕਹਿੰਦੇ ਲੈ, ਅਤੇ ਮੈਨੂੰ ਪਾਸਪੋਰਟ ਉਸ ਟਾਈਮ ਦਿੱਤਾ ਨਹੀਂ ਜਿਸ ਟਾਈਮ ਮੈਨੂੰ ਛੱਡ ਕੇ ਗਏ ਨਾ, ਜਦੋਂ ਮੈਨੂੰ ਫਲੈਟ ਚੜ੍ਹਾ ਕੇ ਗਏ ਆ, ਮੈਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ, ਪਰ ਮੈਂ ਡਰਦੀ ਸੀ, ਮੈਂ ਕਿਹਾ ਪਤਾ ਨਹੀਂ ਮੈਨੂੰ ਕਿੱਥੇ ਲੈ ਕੇ ਚੱਲੇ ਆ। ਤੁਹਾਨੂੰ ਏਅਰਪੋਰਟ ਛੱਡ ਕੇ ਗਏ, ਖੁਦ ਆਪ ਛੱਡ ਕੇ ਗਏ? ਨਹੀਂ, ਉਹ ਡਰਾਈਵਰ ਸੀ ਕੋਈ ਉੱਧਰ ਦਾ ਹੀ ਸੀਗਾ ਜਿਹੜਾ ਮੈਨੂੰ ਛੱਡ ਕੇ ਗਿਆ, ਅਤੇ ਫਿਰ ਹੈਗੇ ਪਰ ਫੈਮਿਲੀ ਘਰ ਦੀ ਸੀ ਮਤਲਬ ਕਿ, ਅਤੇ ਹੈਗੇ ਪਰ ਘਰ 'ਚੋਂ ਹੀ ਸੀ, ਜਿੱਦਾਂ ਉਹਨਾਂ ਦੇ ਕੋਈ ਆਪਣੇ ਰਿਸ਼ਤੇਦਾਰਾਂ 'ਚੋਂ ਸੀਗਾ ਜਿਹੜਾ ਉਹਨਾਂ ਨੂੰ ਭੇਜਿਆ ਸੀਗਾ, ਫਿਰ ਮੈਨੂੰ ਉੱਥੇ ਛੱਡ ਕੇ ਏਅਰਪੋਰਟ 'ਤੇ ਛੱਡ ਕੇ ਉਹ ਚਲੇ ਗਏ ਆਪ। ਫਿਰ ਬਾਅਦ 'ਚੋਂ ਫਿਰ ਮੈਂ ਆਪ ਹੀ ਜੋ ਕੀਤਾ, ਫਿਰ ਮੈਂ ਆਪ ਹੀ ਆਈ ਹਾਂ, ਅੰਦਰ ਐਂਟਰੀ ਕੀਤੀ, ਜੋ ਵੀ ਮੈਂ ਆਪਣੇ ਕੀਤਾ, ਫਿਰ ਮੇਰੇ ਤੋਂ ਜੋ ਵੀ ਹੋਇਆ ਮੈਂ ਕੀਤਾ। ਮੈਂ ਤੁਹਾਡੇ ਕੋਲ ਟਿਕਟ ਸੀਗੀ ਜਿਹੜੀ ਤੁਸੀਂ? ਨਹੀਂ, ਮੇਰੇ ਕੋਲ ਸੀਗੀ ਕੋਈ ਵੀ, ਮੇਰੇ ਕੋਲ ਸਿਰਫ ਪਾਸਪੋਰਟ ਸੀ, ਅਤੇ ਜਿਹੜਾ ਮੇਰਾ ਉਹਨਾਂ ਨੇ ਮੇਰੇ ਸ਼ਾਇਦ ਉਹ ਮੈਡੀਕਲ ਕਰਵਾਇਆ ਸੀ, ਉਹ ਵੀ ਮੈਨੂੰ ਦਿੱਤਾ ਸੀਗਾ ਉਹਨਾਂ ਨੇ, ਬਸ ਬਾਕੀ ਹੋਰ ਕੁਛ ਨਹੀਂ ਸੀ ਮੇਰੇ ਕੋਲ।
ਟਿਕਟ ਤੋਂ ਬਿਨਾਂ ਤੁਸੀਂ ਕਿਸ ਤਰ੍ਹਾਂ ਜਹਾਜ਼ ਦੇ ਵਿੱਚ ਬੈਠ ਗਏ ਹੋ, ਉੱਥੇ ਕੀ ਕੁਝ ਹੋਇਆ? ਏਅਰਪੋਰਟ 'ਤੇ ਕਿਸੇ ਨੇ ਪੁੱਛਿਆ ਨਹੀਂ ਕਿ ਤੁਹਾਡੇ ਕੋਲ ਟਿਕਟ ਕਿੱਥੇ ਆ, ਕਿਸ ਤਰ੍ਹਾਂ ਤੁਸੀਂ ਬਹਿਣਾ ਜਹਾਜ਼ ਦੇ ਵਿੱਚ ਕੀ? ਮੈਨੂੰ ਕਿਸੇ ਨੇ ਕੁਛ ਨਹੀਂ ਪੁੱਛਿਆ, ਸਿਰਫ ਮੈਂ ਪਾਸਪੋਰਟ ਦਿਖਾਇਆ ਅਤੇ ਬਸ ਮੈਂ ਹੋਰ ਵੀ ਮੈਂ ਤੁਸੀਂ ਸੀਗਾ ਸਮਾਨ, ਇਸ ਗੱਲ ਦਾ ਪਤਾ ਨਹੀਂ ਮੈਂ ਤੂੰ ਟਿਕਟ 'ਚ ਕੀ ਸੀਗਾ ਸਮਾਨ ਸੀਗਾ ਵੀ ਇੱਕ ਲਿਸਟ ਜੀ ਸੀਗੀ ਤਾਂ ਉਹ ਰਿਪੋਰਟ ਸੀਗੀ ਮੇਰੇ ਕੋਲੋਂ ਜਿਹੜੀ ਮੇਰੀ ਮੈਡੀਕਲ ਰਿਪੋਰਟ ਹੋਈ ਸੀਗੀ ਅਤੇ ਇੱਕ ਮੇਰੇ ਕੋਲ ਪਾਸਪੋਰਟ ਸੀਗਾ। ਹਾਂਜੀ। ਅਤੇ ਫਿਰ ਜਦੋਂ ਤੁਸੀਂ ਉੱਥੋਂ ਫਲਾਈਟ ਦੇ ਵਿੱਚ ਬੈਠੇ ਫਿਰ ਇੱਥੇ ਪਹੁੰਚੇ ਤਾਂ ਦਿੱਲੀ ਕੌਣ ਮਿਲਿਆ ਅੱਗੇ, ਕੌਣ ਲੈਣ ਵਾਸਤੇ ਆਇਆ? ਦਿੱਲੀ ਮੈਨੂੰ ਸੰਦੀਪ ਬਾਬਾ ਜੀ ਆਏ ਸੀਗੇ ਲੈਣ ਵਾਸਤੇ ਅਤੇ ਮੈਨੂੰ ਉਹਨਾਂ ਨੇ ਕਢਾਇਆ ਅਤੇ ਫਿਰ ਉਹਨਾਂ ਦੀ ਹੈਲਪ ਨਾਲ ਮੈਂ ਆਈ ਹਾਂ। ਘਰ ਦੀ ਕੀ ਮਜਬੂਰੀ ਸੀ ਜਿਹਦੇ ਕਰਕੇ ਤੁਸੀਂ ਐਡਾ ਵੱਡਾ ਸਟੈਪ ਲਿਆ ਕਿ ਮੈਂ ਸਾਊਦੀ ਅਰਬ ਦੇ ਵਿੱਚ ਜਾਣਾ, ਉੱਥੇ ਕੰਮ ਕਰੂੰਗੀ ਅਤੇ ਘਰ ਪੈਸੇ ਭੇਜੂੰਗੀ? ਪਹਿਲਾਂ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਚੁੱਕੀਆਂ ਵਾ ਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉੱਥੇ ਚਲੀਆਂ ਜਾਂਦੀਆਂ ਵਾ, ਗੁਲਾਮ ਬਣਾ ਕੇ ਰੱਖਿਆ ਜਾਂਦਾ, ਵੇਚ ਦਿੱਤਾ ਜਾਂਦਾ। ਨੂਰ ਮਹਿਲ ਤੋਂ ਵੀ ਇੱਕ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀ, ਦੇਸ਼ ਵਿਦੇਸ਼ ਦੀ ਸੰਗਤ ਨੂੰ ਅਸੀਂ ਉਹ ਵੀ ਦਿਖਾਇਆ ਸੀਗਾ। ਬੀਬੀ ਸੁਖਵੰਤ ਕੌਰ ਜਿਹੜੇ ਨੂਰ ਮਹਿਲ ਦੇ ਪਿੰਡ ਅਜਤਾਣੀ ਤੋਂ ਸੀ, ਉਹਨਾਂ ਨੂੰ ਵੀ ਸਾਊਦੀ ਅਰਬ ਤੋਂ ਹੀ ਵਾਪਸ ਲਿਆਂਦਾ ਗਿਆ ਸੀ। ਤੁਹਾਨੂੰ ਕੀ ਮਜਬੂਰੀ ਸੀਗੀ ਕਿ ਤੁਹਾਨੂੰ ਜਾਣਾ ਪਿਆ? ਮੇਰੀ ਮਜਬੂਰੀ ਇਹ ਸੀ, ਮੇਰੇ ਘਰ ਵਾਲਿਆਂ ਨੂੰ ਦਿਸਦਾ ਨਹੀਂ ਹੈਗਾ, ਮੇਰੇ 3 ਬੱਚੇ ਆ, ਮੇਰੇ ਇੱਥੇ ਖਾਣੇ ਨੂੰ ਵੀ ਨਹੀਂ ਜੋੜਦਾ ਸੀਗਾ, ਕੋਈ ਇੱਦਾਂ ਦਾ ਪਿੰਡ ਦਾ ਬੰਦਾ ਨਹੀਂ ਹੈਗਾ ਵੀ ਜਿਹੜੀ ਸਾਡੀ ਹੈਲਪ ਕਰ ਸਕੇ। ਸਾਨੂੰ ਪਤਾ ਵੀ ਸਾਡੇ ਨਾਲ ਕੀ ਬੀਤਦੀ ਹੈ, ਕਿਸੇ ਨੂੰ ਕੋਈ ਪਤਾ ਨਹੀਂ। ਬਿਲਕੁਲ, ਪਰਿਵਾਰ ਦੀ ਹਾਲਤ ਜਿਹੜੀ ਆ ਉਹ ਇਸ ਕਦਰ ਜਿਹੜੀ ਆ ਉਹ ਖਰਾਬ ਸੀਗੀ ਕਿ ਇਹਨਾਂ ਨੇ ਮਜਬੂਰੀ ਦੇ ਵਿੱਚ ਆ ਕੇ ਇਹ ਫੈਸਲਾ ਲਿਆ। ਅਤੇ ਏਜੰਟ ਨੇ ਜਿਸ ਤਰ੍ਹਾਂ ਲੇਡੀ ਏਜੰਟ ਕਿਹਾ ਜਾਂਦਾ ਆ, ਉਸਦਾ ਨਾਮ ਤੁਹਾਨੂੰ ਪਤਾ ਜਿਹੜੀ ਏਜੰਟ ਨੇ ਤੁਹਾਨੂੰ ਭੇਜਿਆ? ਉਹਦਾ ਨਾਮ ਨੇਹਾ, ਨੇਹਾ ਹੈ ਉਹਦਾ ਨਾਮ, ਜਿੰਨੀ ਜਿਹਦੇ ਮਗਰ ਲੱਗ ਕੇ ਮੈਂ ਉੱਥੇ ਗਈ ਹਾਂ ਅਤੇ ਸਾਡੇ ਪਿੰਡ ਦੀ ਇੱਕ ਕੁੜੀ ਆ, ਬਸ ਮੈਂ ਉਹਨਾਂ ਨੂੰ ਦੋਵਾਂ ਨੂੰ ਜਾਣਦੀ ਹਾਂ, ਬਾਕੀ ਹੋਰ ਕੋਈ ਪਰੂਫ ਨਹੀਂ ਸੀ ਮੇਰੇ ਕੋਲ। ਹੁਣ ਜਦੋਂ ਤੁਸੀਂ ਵਾਪਸ ਆਏ ਫਿਰ ਇੱਥੇ ਪਹੁੰਚੇ ਅਤੇ ਉਸ ਲੇਡੀ ਦੇ ਉੱਤੇ, ਉਸ ਔਰਤ ਦੇ ਉੱਤੇ ਵੀ ਕੋਈ ਕੇਸ ਦਰਜ ਕਰਵਾਇਆ ਜਾਂ ਕੁਛ ਕਰਵਾਇਆ ਕਿ ਉਸਨੇ ਤੁਹਾਨੂੰ ਮਿਸਗਾਈਡ ਕੀਤਾ ਕਿ ਉੱਥੇ ਜਾ ਕੇ ਤੁਹਾਨੂੰ ਇਸ ਤਰ੍ਹਾਂ ਨੌਕਰੀ ਮਿਲੂਗੀ, ਇਸ ਤਰ੍ਹਾਂ ਤਨਖਾਹ ਮਿਲੂਗੀ, ਕੋਈ ਕੇਸ ਉੱਤੇ ਵੀ ਦਰਜ ਕਰਾਇਆ ਕਿ ਨਹੀਂ? ਨਹੀਂ, ਕੋਈ ਨਹੀਂ ਕਰਾਇਆ ਸੀ, ਕੋਈ ਕੁਛ ਨਹੀਂ ਕਰਾਇਆ, ਉਹਦੇ ਨਾਲ ਕੋਈ ਮੁਲਾਕਾਤ ਹੀ ਨਹੀਂ ਮੈਂ ਕੀਤੀ ਨਹੀਂ, ਉਹਨਾਂ ਨਾਲ ਉਹਨੂੰ ਕੁਛ ਕਿਹਾ ਸੀ, ਮੈਂ ਆਪਣੇ ਬੱਚਿਆਂ 'ਚ ਸਹੀ ਸਲਾਮਤ ਆ ਗਈ ਹਾਂ, ਮੈਂ ਕਿਸੇ 'ਤੇ ਨਹੀਂ ਤਾਂ ਕੁਛ ਨਹੀਂ ਕਰਾਇਆ। ਹਾਂਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਡੀ ਉਹਨਾਂ ਨੇ ਵੀਰ ਸੰਦੀਪ ਸਿੰਘ ਹੋਰਾਂ ਨੇ ਮਦਦ ਕੀਤੀ ਆ, ਉਹਨਾਂ ਨੂੰ ਕੁਝ ਪੈਸੇ ਜਿਹੜੇ ਆ ਉਹ ਵੀ ਦੇਣੇ ਪਏ ਉੱਥੇ ਬਾਹਰ? ਉਹਨਾਂ ਨੇ 1.5 ਲੱਖ ਰੁਪਈਆ ਦਿੱਤਾ ਆ, ਬਾਬਾ ਜੀ ਨੇ, ਸੰਦੀਪ ਬਾਬਾ ਜੀ ਨੇ ਦਿੱਤਾ ਆ 1.5 ਲੱਖ ਰੁਪਈਆ, 1.5 ਲੱਖ ਰੁਪਈਆ ਦੇ ਕੇ ਫਿਰ ਉਹਨਾਂ ਨੇ ਮੈਨੂੰ ਛਡਾਇਆ ਆ। ਹਾਂਜੀ, ਅਤੇ ਉੱਦਾਂ ਗੱਲ ਕੀਤੀ ਜਾਵੇ ਤਾਂ ਪਰਿਵਾਰ ਦੇ ਵਿੱਚ ਹੁਣ ਵੀ ਕਿਸੇ ਨੇ ਤੁਹਾਡੀ ਮਦਦ ਕੀਤੀ ਜਾਂ ਆਂਢ ਤੋਂ ਗੁਆਂਢ ਤੋਂ ਜਾਂ ਕਿਸੇ ਨੇ ਬਾਬਾ ਜੀ ਨੇ ਕੋਈ ਪੈਸਾ ਉੱਦਾਂ ਵੀ ਦਿੱਤਾ ਕੋਈ ਕਿ ਨਹੀਂ? ਬਾਬਾ ਜੀ ਕਹਿੰਦੇ ਆ, ਕਹਿੰਦੇ ਮੈਂ ਤੇਰਾ ਸਾਰਾ ਕੁਛ ਕਰਾਊਂਗਾ, ਪਰ ਬਾਬਾ ਜੀ ਨੇ ਅੱਜ ਵੀ ਸਾਨੂੰ ਸੱਦਿਆ ਸੀਗਾ, ਪਰ ਬਾਬਾ ਜੀ ਕਹਿੰਦੇ ਤੁਹਾਨੂੰ ਫੋਨ ਕਰਾਂਗਾ ਅਤੇ ਬਾਬਾ ਜੀ ਕਹਿੰਦੇ ਪੂਰੀ ਪੂਰੀ ਹੈਲਪ ਕਰਾਂਗਾ, ਮੈਂ ਤੁਹਾਡੇ ਨਾਲ ਖੜਾ ਹਾਂ। ਅਤੇ ਪਿੰਡ ਵਾਲਿਆਂ ਨੇ ਮੈਨੂੰ ਹਜੇ ਤੱਕ ਕੁਛ ਨਹੀਂ ਦਿੱਤਾ, ਜੇ ਮੈਂ ਤੁਹਾਨੂੰ ਕਹਾਂ ਮੇਰੀ ਹੈਲਪ ਕੀਤੀ ਆ, ਮੇਰੀ ਕਿਸੇ ਨੇ ਮਦਦ ਕੋਈ ਨਹੀਂ ਕੀਤੀ। ਕਰਜ਼ੇ ਦੀ ਗੱਲ ਕਰੀਏ ਤਾਂ ਕੋਈ ਕਰਜ਼ਾ ਵੀ ਪਰਿਵਾਰ ਦੇ ਸਿਰ 'ਤੇ ਹੈਗਾ ਆ? ਮੇਰਾ ਸੀਗਾ, ਮੈਂ ਲਾ ਦਿੱਤਾ ਜਿੰਨਾ ਮੇਰੇ ਕੋਲ ਸੀਗਾ, ਮੈਂ ਜਿੰਨੇ ਪੈਸੇ ਭੇਜੇ ਸੀ ਉਹ ਮੈਂ ਲਾ ਦਿੱਤੇ, ਜਿੰਨੇ ਮੈਂ ਕਰਜ਼ਾ ਚੱਕ ਕੇ ਗਈ ਸੀ ਮੈਂ ਲਾ ਦਿੱਤਾ ਜਿੰਨਾ ਵੀ ਸੀਗਾ। ਤੁਸੀਂ ਪਹਿਲਾਂ ਕੀ ਕੰਮ ਕਰਦੇ ਸੀਗੇ ਇੱਥੇ ਅਤੇ ਹੁਣ ਜਿੱਦਾਂ ਤੁਸੀਂ ਵਾਪਸ ਆਏ ਜੇ ਫਿਰ ਉਹੀ ਕੰਮ ਕਰੋਗੇ? ਹਾਂਜੀ, ਮੈਂ ਉਹੀ ਕਰਾਂਗੀ ਕੰਮ ਜੋ ਮੈਂ ਕਰਦੀ, ਮਜ਼ਦੂਰੀ ਕਰਦੀ ਸੀ ਮਜ਼ਦੂਰੀ ਕਰ ਲਾਂਗੀ। ਹਾਂਜੀ, ਤੁਹਾਡੇ ਪਤੀ ਜਿਹੜੇ ਆ ਉਹਨਾਂ ਨੂੰ ਤੁਸੀਂ ਦੱਸਿਆ ਜਿਸ ਤਰ੍ਹਾਂ ਕਿ ਨਹੀਂ ਨਜ਼ਰ ਆਉਂਦਾ, ਅਤੇ ਉਹ ਕੋਈ ਕੰਮ ਕਰਦੇ ਜਾਂ ਉਹ ਵਿਹਲੇ ਰਹਿੰਦੇ ਕਰਦੇ? ਨਹੀਂ, ਵਿਹਲੇ ਨਹੀਂ ਰਹਿੰਦੇ, ਝਾੜੂ ਫੇਰਦੇ ਆ, ਫੈਕਟਰੀ 'ਚ ਕੰਮ ਕਰਦੇ ਆ, ਫੈਕਟਰੀ ਆ ਉੱਥੇ ਝਾੜੂ ਫੇਰਦੇ ਆ। ਹਾਂਜੀ, ਵਿਹਲੇ ਨਹੀਂ ਰਹਿੰਦੇ। ਜਿਹੜੀਆਂ ਤੁਹਾਡੀਆਂ ਵੀਡੀਓ ਸਾਹਮਣੇ ਆਈਆਂ ਸੀਗੀਆਂ ਵਟਸਐਪ ਦੇ ਥਰੂ, ਉਸ ਦੇ ਵਿੱਚ ਤੁਸੀਂ ਇਹ ਗੁਹਾਰ ਲਗਾਈ ਸੀਗੀ, ਭਗਵੰਤ ਮਾਨ ਦਾ ਨਾਮ ਜਿਹੜਾ ਉਹ ਵੀ ਵਿੱਚ ਆਇਆ ਸੀਗਾ, ਭਗਵੰਤ ਮਾਨ ਹੋਰਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਜਾਂ ਉਹਨਾਂ ਨਾਲ ਵੀ ਤੁਹਾਡੀ ਕੋਈ ਗੱਲਬਾਤ ਹੋਈ ਜਾਂ ਉਹਨਾਂ ਦੀ ਪਾਰਟੀ ਦਾ ਕੋਈ ਬੰਦਾ ਘਰ ਪਹੁੰਚਿਆ ਜਾਂ ਕਿਸ ਤਰ੍ਹਾਂ? ਮਗਰੋਂ ਆਏ ਆ, ਜਿੱਦਾਂ ਮੈਂ ਜਦੋਂ ਸੋਧੀ ਸੀਗੀ ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਆ, ਫੋਨ ਕੀਤਾ ਉਹਨਾਂ ਨੇ ਵੀ, ਸਾਰਿਆਂ ਦੇ ਭੈਣ ਭਰਾ ਦੀ ਬਹੁਤ ਮਦਦ ਹੋਈ ਆ ਮੇਰੀ, ਮੈਂ ਨਹੀਂ ਕਹਿਣਾ ਵੀ ਨਹੀਂ ਮੇਰੀ ਕਿਸੇ ਦੀ ਮਦਦ ਹੋਈ ਆ, ਬਹੁਤ ਹੈਲਪ ਕੀਤੀ ਆ ਜਿਨ੍ਹਾਂ ਨੇ ਵੀ ਕੀਤੀ ਆ। ਸੋ ਬਿਲਕੁਲ, ਲੇਡੀ ਏਜੰਟ ਸੀਗੀ ਇੱਕ ਜਿਹੜੀ, ਉਸਦੀਆਂ ਗੱਲਾਂ ਦੇ ਵਿੱਚ ਆ ਕੇ, ਉਸਦੇ ਝਾਂਸੇ ਦੇ ਵਿੱਚ ਆ ਕੇ ਅਕਵਿੰਦਰ ਕੌਰ ਨੇ ਇਹ ਸਟੈਪ ਲੈ ਲਿਆ। ਉਸਨੂੰ ਉਹ ਸੁਪਨੇ ਦਿਖਾਏ ਗਏ ਕਿ ਬਾਹਰ ਜਾਏਗੀ ਅਤੇ ਫਿਰ ਆਪਣਾ ਘਰ ਜਿਹੜਾ ਹੈ ਉਹ ਅੱਛੇ ਤਰੀਕੇ ਨਾਲ ਬਣਾ ਸਕੇਗੀ ਇੱਥੇ, ਇਸੇ ਕਰਕੇ ਉਸਦੀਆਂ ਗੱਲਾਂ ਦੇ ਵਿੱਚ ਆ ਕੇ ਇਹਨਾਂ ਦੇ ਕੋਲੋਂ ਬਿਨਾਂ ਕੋਈ ਪੈਸੇ ਲਿਆ ਇਹਨਾਂ ਨੂੰ ਭੇਜ ਦਿੱਤਾ ਗਿਆ।
ਤੇ ਇਹਨਾਂ ਨੂੰ ਉਦੋਂ ਵੀ ਇਸ ਗੱਲ ਦੀ ਸਮਝ ਨਹੀਂ ਆਈ ਕਿ ਬਿਨਾਂ ਪੈਸਿਆਂ ਤੋਂ ਤੁਹਾਨੂੰ ਕਿਸ ਤਰ੍ਹਾਂ ਭੇਜ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਇਹਨਾਂ ਨੂੰ ਉੱਥੇ ਵੇਚ ਕੇ ਉਹ ਪੈਸੇ ਜਿਹੜੇ ਸੀਗੇ ਉਹ ਪੂਰੇ ਕਰ ਲਏ, ਆਪਣੇ ਪੈਸੇ ਜਿਹੜੇ ਰੱਖ ਲਏ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਜਿਹੜੇ ਆ ਉਹ ਸਾਹਮਣੇ ਆਉਂਦੇ ਰਹਿੰਦੇ ਆ। ਸੋ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਆਪਣੀ ਪੂਰੀ ਸਟੋਰੀ ਜਿਹੜੀ ਆ ਉਹ ਦੱਸੀ। ਸੋ ਅੱਗੇ ਚੱਲ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸੋ ਅਸੀਂ ਹੁਣ ਗੱਲਬਾਤ ਕਰਦੇ ਹਾਂ ਅਕਵਿੰਦਰ ਕੌਰ ਹੋਰਾਂ ਦੇ ਪਤੀ ਰਣਜੀਤ ਸਿੰਘ ਹੋਰਾਂ ਦੇ ਨਾਲ। ਰਣਜੀਤ ਸਿੰਘ ਜੀ, ਤੁਸੀਂ ਕੀ ਕੰਮ ਕਰਦੇ ਜੇ? ਮੈਂ GNA ਝਾੜੂ ਦਾ ਕੰਮ ਕਰਦਾ ਜੀ। ਅਤੇ ਤੁਹਾਡੀ ਪਤਨੀ ਜਿਹੜੀ ਆ ਅਕਵਿੰਦਰ ਕੌਰ, ਉਹ ਬਾਹਰ ਗਈ ਜਦੋਂ, ਅਤੇ ਪਹਿਲਾਂ ਤੁਸੀਂ ਉਹਨਾਂ ਨੂੰ ਰੋਕਿਆ ਨਹੀਂ ਗਾ ਕਿ ਉਹ ਕਿਉਂ ਜਾ ਰਹੇ ਆ, ਜਾਂ ਕੀ ਮਜਬੂਰੀ ਵਾਸਤੇ ਉਹਨਾਂ ਨੂੰ ਬਾਹਰ ਜਾਣਾ ਪਿਆ? ਮੈਂ ਰੁਕਿਆ ਸੀਗਾ, ਮਜਬੂਰੀ ਕਰਕੇ ਬੱਚਿਆਂ ਖਾਤਰ ਗਈ ਸੀ ਜੀ, ਨਿਆਣੇ ਘਰ ਬਾਰ ਕਰਕੇ ਇਹਦੇ ਕਰਕੇ ਗਈ ਸੀ ਜੀ। ਹਾਂਜੀ, ਮੇਰੇ ਨਾਲ ਸਰਕਸ ਨਹੀਂ ਚੱਲਦਾ ਸੀਗਾ, ਯਾਨੀ ਘਰ ਦਾ ਮੈਸੇਜ ਚੱਲਦਾ ਸੀ ਜੀ। ਹਾਂਜੀ, ਕਿੰਨੇ ਬੱਚੇ ਆ ਤੁਹਾਡੇ? ਤਿੰਨੋਂ ਆ ਜੀ, ਇੱਕ ਦੋ ਮੁੰਡੇ ਆ ਤੇ ਇੱਕ ਕੁੜੀ ਆ ਛੋਟੀ ਜੀ। ਤੇ ਹੁਣ ਘਰ ਦਾ ਗੁਜ਼ਾਰਾ ਜਿਹੜਾ ਆ ਉਹ ਕਿਸ ਤਰ੍ਹਾਂ ਚੱਲਦਾ ਆ? ਤੁਸੀਂ ਜੋ ਕਮਾਉਂਦੇ ਜੇ ਉਹਦੇ ਸਿਰ ਤੋਂ ਚੱਲਦਾ ਗੁਜ਼ਾਰਾ? ਗੁਜ਼ਾਰਾ ਤਾਂ ਵੀ ਹੁਣ ਆਪਣੇ ਸਿਰ 'ਤੇ ਚੱਲਦਾ ਸੀਗਾ ਘਰ ਦਾ ਜੀ। ਹਾਂਜੀ, ਬੱਚੇ ਜਿਹੜੇ ਆ ਸਕੂਲ ਜਾਂਦੇ ਆ ਜੀ? ਜਾਂਦੇ ਆ। ਸੋ ਇਹਨਾਂ ਨੇ ਦੱਸਿਆ ਕਿ ਘਰ ਦੀਆਂ ਮਜਬੂਰੀਆਂ ਸੀਗੀਆਂ, ਇਹਨਾਂ ਨੂੰ ਵੀ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਚੰਗੀ ਤਰ੍ਹਾਂ, ਇੱਕ ਅੱਖ ਜਿਹੜੀ ਆ ਉਸ ਤੋਂ ਬਿਲਕੁਲ ਨਜ਼ਰ ਨਹੀਂ ਆਉਂਦਾ, ਅਤੇ ਦੂਸਰੀ ਅੱਖ ਜਿਹੜੀ ਆ ਉਹ ਉਸ ਦੇ ਵਿੱਚੋਂ ਵੀ ਇਹਨਾਂ ਨੂੰ ਧੁੰਦਲਾ ਧੁੰਦਲਾ ਜਿਹੜਾ ਨਜ਼ਰ ਆਉਂਦਾ। ਪਰਿਵਾਰ ਕੋਲ ਇੰਨੇ ਪੈਸੇ ਵੀ ਨਹੀਂ ਗਏ ਕਿ ਉਹ ਕਿਸੇ ਪ੍ਰਕਾਰ ਦੇ ਨਾਲ ਜਿਹੜੀ ਉਹਨਾਂ ਦਾ ਇਲਾਜ ਕਰਵਾ ਸਕਣ, ਜਾਂ ਕਿਸੇ ਤਰੀਕੇ ਦੇ ਨਾਲ ਜਿਹੜੀ ਆ ਉਹ ਇਹਨਾਂ ਦੀ ਚੰਗੀ ਤਰ੍ਹਾਂ ਪੂਰਾ ਡਾਕਟਰੀ ਮੁਆਇਨਾ ਹੋ ਕੇ ਅਤੇ ਜਿਹੜੇ ਆ ਠੀਕ ਤਰੀਕੇ ਨਾਲ ਦੇਖਣ ਲੱਗ ਜਾਣ। ਸੋ ਇਹੀ ਮਜਬੂਰੀਆਂ ਸੀਗੀਆਂ, ਇਹੀ ਕੁਝ ਗੱਲਾਂ ਸੀਗੀਆਂ ਜਿਨ੍ਹਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਇੱਕ ਲੇਡੀ ਏਜੰਟ ਸੀਗੀ ਨੇਹਾ ਨਾਮ ਦੀ, ਉਸ ਨੇ ਇਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ, ਅਤੇ ਉਸੇ ਕਰਕੇ ਹੀ ਇਹ ਬਾਹਰ ਗਏ। ਅਤੇ ਫਿਰ ਉੱਥੇ ਜਾ ਕੇ ਜੋ ਕੁਝ ਇਹਨਾਂ ਨੂੰ ਝੱਲਣਾ ਪਿਆ ਉਹ ਤੁਸੀਂ ਅਕਵਿੰਦਰ ਕੌਰ ਦੀ ਜ਼ੁਬਾਨੀ ਸੁਣਿਆ ਆ। ਸੋ ਪਰਿਵਾਰ ਦੀ ਹਾਲਤ ਜਿਹੜੀ ਆ ਉਹ ਕਾਫੀ ਮਾੜੀ ਆ, ਅਤੇ ਇਸੇ ਕਰਕੇ ਹੀ ਇਸੇ ਮਜਬੂਰੀ ਦੇ ਚੱਲਦਿਆਂ ਹੀ ਅਕਵਿੰਦਰ ਕੌਰ ਜਿਹੜੇ ਸੀ ਉਹਨਾਂ ਨੂੰ ਸਾਊਦੀ ਅਰਬ ਜਾਣਾ ਪਿਆ, ਜਿੱਥੇ ਬਹੁਤ ਸਾਰੀਆਂ ਮੁਸੀਬਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਸੋ ਇਸ ਵੇਲੇ ਅਕਵਿੰਦਰ ਕੌਰ ਦੇ ਪਰਿਵਾਰਕ ਮੈਂਬਰ ਸਿੱਖ ਚੈਨਲ ਦੀ ਟੀਮ ਦੇ ਨਾਲ ਗੱਲਬਾਤ ਕਰ ਰਹੇ ਆ। ਸੋ ਮੇਰੇ ਨਾਲ ਇਸ ਵੇਲੇ ਰਣਜੀਤ ਸਿੰਘ ਹੋਰਾਂ ਦੇ ਮਾਤਾ ਜੀ ਮਾਤਾ ਸੁਰਿੰਦਰ ਕੌਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਤਾ ਜੀ, ਅਕਵਿੰਦਰ ਕੌਰ ਜਦੋਂ ਬਾਹਰ ਗਏ ਤਾਂ ਕਿਸ ਤਰ੍ਹਾਂ ਤੁਸੀਂ ਫਿਰ ਇਹਨਾਂ ਨੂੰ ਕਿਹਾ ਕਿ ਹਾਂ ਤੂੰ ਚਲਿਆ ਜਾ, ਜਾਂ ਕੋਈ ਗੱਲਬਾਤ ਹੋਈ ਕਿ ਨਾ ਜਾ, ਕੀ ਗੱਲਾਂ ਹੋਈਆਂ? ਮੈਂ ਪਤੀ ਨੂੰ ਕਿਹਾ ਸੀ, ਮੈਂ ਕਿਹਾ ਪੁੱਤ, ਇਹ ਕਹਿੰਦੀ ਬੀਬੀ ਜੀ ਮੈਂ ਬਾਹਰ ਨੂੰ ਜਾਣਾ, ਮੈਂ ਕਿਹਾ ਪੁੱਤ ਬਾਹਰ ਨੂੰ ਕਿੱਦਾਂ? ਕਹਿੰਦੀ ਕਾਪੀ ਬਣ ਗਈ ਮੇਰੀ। ਮੈਂ ਕਿਹਾ ਕਿੱਦਾਂ ਕਾਪੀ ਬਣ ਗਈ? ਇੱਦਾਂ ਦੀ ਕਦੇ ਕਾਪੀ ਬਣੀ ਆ ਵੀ ਇੱਦਾਂ ਤਾਂ ਕਦੇ ਨਹੀਂ ਮੈਂ ਅੱਜ ਤੱਕ ਦੇਖਿਆ। ਕਹਿੰਦੀ ਨਹੀਂ ਬੀਬੀ ਜੀ ਮੇਰੀ ਬਣ ਕੇ ਕਾਪੀ ਆ ਗਈ ਵੀ ਮੈਂ ਪਰਸੋਂ ਚੌਥ ਨੂੰ ਬਾਹਰ ਨੂੰ ਚੱਲ ਜਾਣਾ। ਮੈਂ ਕਿਹਾ ਉਹ ਤੈਨੂੰ ਕੌਣ ਲੈ ਜਾਂਦਾ? ਉਹ ਇੱਥੇ ਦੀ ਕੁੜੀ ਸੀਗੀ, ਉਹਦਾ ਵੀ ਫੋਨ ਆ ਗਿਆ। ਕਹਿੰਦੀ ਵੀ ਤੂੰ ਕਿੱਦਾਂ ਬਾਹਰ ਨੂੰ ਆਉਣਾ ਆ, ਕਦੋਂ ਚੱਲਣਾ ਆ, ਤੇਲੇ ਮੈਂ ਕੰਮ ਵੀ ਰੱਖਿਆ ਆ। ਮੈਂ ਕਿਹਾ ਮੇਰੀ ਗੱਲ ਇਹ ਕੌਣ ਵਾ? ਕਹਿੰਦੀ ਬੀਬੀ ਇੱਥੇ ਦੀ ਕੁੜੀ ਆ। ਮੈਂ ਫਿਰ ਇਹਨਾਂ ਦੀਆਂ ਗੱਲਾਂ ਸੁਣਦੀ ਰਹੀ ਉਹਦੀਆਂ ਵੀ। ਕਹਿੰਦੀ ਛੇਤੀ ਤੋਂ ਛੇਤੀ ਤੋਂ ਆ ਜਾ, ਤੇਰੇ ਜਿਹੜੇ ਪੈਸੇ ਆ ਉਹ ਇੱਧਰ ਆ ਕੇ ਲੈ ਜਾਣਗੇ, ਤੂੰ ਪਹੁੰਚ ਜਾ ਸਾਡੇ ਕੋਲ। ਫਿਰ ਇਹ ਪੁੱਤ ਜਿਸ ਵੇਲੇ ਚੱਲੀ ਆ, ਕਹਿੰਦੀ ਬੀਬੀ ਮੈਂ ਜਾਣਾ ਆ ਸਵੇਰੇ ਜਾਣਾ, ਮਨ ਵੀ ਮੇਰਾ ਬਥੇਰਾ ਖਰਾਬ ਹੋਇਆ। ਕਹਿੰਦੀ ਬੀਬੀ ਮੈਂ ਆਪਣੀ ਮਜਬੂਰੀ ਦੀ ਖਾਤਰ ਚੱਲੀ ਹਾਂ, ਸਾਡੇ ਚਾਰ ਪੈਸੇ ਲੈ ਜਾਊਗੇ, ਬੱਚੇ ਰੱਜ ਕੇ ਰੋਟੀ ਖਾਣਗੇ। ਮੈਂ ਫਿਰ ਚੁੱਪ ਕਰ ਗਈ, ਰੋਕਿਆ ਮੈਂ। ਮੈਂ ਕਿਹਾ ਪੁੱਤ ਮੈਂ ਦੇਖਦੀ ਹਾਂ ਬਾਹਰਲੇ ਹਾਲਾਤ ਸੁਣਦੀ ਹਾਂ, ਨਹੀਂ ਚੰਗੇ, ਕੋਈ ਨਹੀਂ ਉੱਧਰ ਜਾ ਕੇ ਸਾਡਾ ਬਣਦਾ ਹੈ ਨਾ ਜੀ। ਫਿਰ ਪੁੱਤ ਇਹ ਇੱਥੋਂ ਚਲੇ ਗਏ ਦੋਨੋਂ ਜਾਣੇ, ਕਾਕਾ ਚੜ੍ਹਾਉਣ ਗਿਆ ਘਰੋਂ, ਫਿਰ ਇਹ ਚਲ ਗਏ ਆ। ਇੱਕ ਵਾਰੀ ਦੀ ਤਨਖਾਹ ਇਹਨੇ ਪਾਈ ਆ ਆਪਣੇ ਬੱਚਿਆਂ ਨੂੰ, ਇੱਕ ਵਾਰ ਦੇ ਪੈਸੇ ਪਾਏ। ਫਿਰ ਇਹਦੇ ਫੋਨ ਪਹਿਲਾਂ ਆਉਂਦੇ ਸੀ, ਅਤੇ ਫਿਰ ਇਹ ਪਹੁੰਚ ਗਏ ਇੱਥੇ ਜਾ ਕੇ। ਸਾਨੂੰ ਗਈ ਦਾ ਵੀ ਫੋਨ ਆ ਗਿਆ ਵੀ ਮੈਂ ਪਹੁੰਚ ਗਈ ਹਾਂ ਬੀਬੀ ਜੀ, ਕੰਮ ਠੀਕ ਠਾਕ ਆ ਮੇਰਾ। ਫਿਰ ਇਹਦਾ ਕੋਈ ਫੋਨ ਨਹੀਂ ਆਇਆ।
ਰੱਖੇ ਮੈਂ ਇਹਨੂੰ ਕਿਹਾ ਬੱਚੇ ਜਿਹੜੇ ਇੱਥੇ ਛੋਟੇ ਬੱਚੇ ਸੀਗੇ ਉਹਨਾਂ ਨੂੰ ਤੁਸੀਂ ਸਾਂਭਦੇ ਰਹੇ ਫਿਰ ਹਾਂਜੀ ਨਹੀਂ ਪੁੱਤ ਮੈਂ ਹੀ ਸਾਂਭਦੀ ਸੀ ਜੀ ਇਹਨਾਂ ਬੱਚਿਆਂ ਨੂੰ ਮੈਂ ਹੀ ਸਾਂਭਦੀ ਸੀ ਤਿੰਨ ਬੱਚੇ ਆ ਦੋ ਕਾਕੇ ਉਹ ਵੀ ਛੋਟੇ ਹੀ ਆ ਆਹ ਸਾਰਿਆਂ ਤੋਂ ਛੋਟੀ ਆ ਬੱਚੀ ਜੀ ਲੜਕੀ ਪੁੱਤ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਫਿਰ ਇਹਨਾਂ ਨੇ ਉੱਥੋਂ ਵੀਡੀਓ ਪਾਈ ਜਦੋਂ ਕਿਹਾ ਕਿ ਉੱਥੇ ਠੀਕ ਨਹੀਂ ਗਏ ਇਹਨਾਂ ਕੋਲ ਜ਼ਬਰਦਸਤੀ ਕੰਮ ਕਰਾਇਆ ਜਾਂਦਾ ਆ ਸੌਣ ਨਹੀਂ ਦਿੱਤਾ ਜਾਂਦਾ ਤੁਹਾਨੂੰ ਜਦੋਂ ਪਤਾ ਲੱਗਾ ਫਿਰ ਕੀ ਕੀਤਾ ਤੁਸੀਂ ਅਸੀਂ ਪੁੱਤ ਕੀ ਕਰਨਾ ਸੀ ਫੇ ਅਸੀਂ ਫਿਰ ਬਸ ਇੱਦਾਂ ਸਾਡੇ ਕੋਲ ਆਉਂਦੇ ਸੀ ਜਿੱਦਾਂ ਸਾਨੂੰ ਆਉਂਦੀਆਂ ਸੀ ਗੱਲਾਂ ਬਾਤਾਂ ਮੈਂ ਉਹਨਾਂ ਦੇ ਅੱਗੇ ਹੱਥ ਜੋੜਦੀ ਸੀ ਆਏ ਵੀ ਅੱਗੇ ਨੇ ਉਹਨਾਂ ਨੇ ਕਿਹਾ ਕਹਿੰਦੇ ਬੀਬੀ ਜੀ ਤੂੰ ਕੀ ਚਾਹੁੰਦੀ ਆ ਮੈਂ ਕਿਹਾ ਪੁੱਤ ਮੇਰੇ ਕੋਲ ਉਹਦੇ ਬੱਚੇ ਨਹੀਂ ਸਾਂਭ ਹੁੰਦੇ ਆਪਣੇ ਬੱਚੇ ਆ ਕੇ ਸੰਭਾਲ ਹਾਂਜੀ ਤੁਸੀਂ ਕਿਸੇ ਨੂੰ ਕਿਹਾ ਕਿ ਇਹਨਾਂ ਨੂੰ ਵਾਪਸ ਲੈ ਕੇ ਆਓ ਹਾਂਜੀ ਮੈਂ ਕਿਹਾ ਸੀ ਮੈਂ ਕਿਹਾ ਸਾਨੂੰ ਮੰਗਾ ਦਿਓ ਜਿੱਦਾਂ ਮਰਜ਼ੀ ਆ ਤੁਸੀਂ ਪੁੱਤ ਸਾਨੂੰ ਇਹਨੂੰ ਮੰਗਾ ਦਿਓ ਇਹਨਾਂ ਦੀ ਮਾਤਾ ਇਹਨਾਂ ਨੂੰ ਮਿਲ ਜਾਵੇ ਮੈਂ ਵੀ ਆਪਣੀ ਜਾਨ ਛਡਾਵਾਂ ਇਹਨਾਂ ਦੇ ਕੋਲੋਂ ਪੁੱਤ ਮੈਂ ਕਿਹਾ ਹਾਂਜੀ ਬਸ ਮੈਂ ਤਾਂ ਪੁੱਤ ਇਹ ਹੀ ਕਹਿੰਦੀ ਸੀ ਮੈਂ ਕਹਿੰਦੀ ਸੀ ਆਪਣੇ ਬੱਚਿਆਂ ਦੇ ਵਿੱਚ ਆ ਜਾਏ ਜਿੱਦਾਂ ਬੱਚੇ ਰੋਂਦੇ ਸੀ ਮੈਂ ਤਾਂ ਨਹੀਂ ਸਾਂਭਦੇ ਸੀ ਦਿਨ ਨੂੰ ਤਾਂ ਮੈਂ ਸਾਂਭ ਲੈਂਦੀ ਰਾਤ ਨੂੰ ਕੌਣ ਸਾਂਭਦਾ ਹੁਣ ਜਿੱਦਾਂ ਇਹ ਵਾਪਸ ਆ ਗਏ ਆ ਹੁਣ ਕਿੱਦਾਂ ਖੁਸ਼ ਜੇ ਕਿ ਹਾਂ ਇਹ ਸਹੀ ਸਲਾਮਤ ਪਹੁੰਚ ਗਏ ਹਾਂਜੀ ਪੁੱਤ ਸਹੀ ਸਲਾਮਤ ਪਹੁੰਚ ਗਈ ਆ ਮੈਂ ਤਾਂ ਬਹੁਤ ਕਹਿੰਦੀ ਧੰਨਵਾਦ ਤੁਹਾਡਾ ਸ਼ੁਕਰੀਆ ਜੇ ਮਹਾਰਾਜ ਤੁਹਾਨੂੰ ਵੀ ਤੰਦਰੁਸਤੀ ਦੇਵੇ ਚੜ੍ਹਦੀਆਂ ਕਲਾਂ ਬਖਸ਼ੇ ਮਹਾਰਾਜ ਪੁੱਤ ਤੁਹਾਡੀਆਂ ਪਰਿਵਾਰਾਂ ਨੂੰ ਰਾਜ਼ੀ ਖੁਸ਼ੀ ਰੱਖੇ ਬਿਲਕੁਲ ਜੀ ਜਿਸ ਤਰ੍ਹਾਂ ਮਾਤਾ ਜੀ ਨੇ ਗੱਲਬਾਤ ਕੀਤੀ ਆ ਕਿ ਦੱਸਿਆ ਕਿ ਬੱਚਿਆਂ ਨੂੰ ਬਾਅਦ ਦੇ ਵਿੱਚ ਕਿਉਂਕਿ ਬੱਚੇ ਵੀ ਛੋਟੇ ਸੀਗੇ ਉਹਨਾਂ ਨੂੰ ਮਾਤਾ ਜੀ ਹੋਰਾਂ ਨੇ ਸਾਂਭਿਆ ਅਤੇ ਜਦ ਉੱਥੇ ਇਹਨਾਂ ਨੇ ਵੀਡੀਓ ਪਾਈ ਤਾਂ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਵੀ ਜਿਹੜਾ ਦੁਖੀ ਹੋ ਗਿਆ ਕਿਉਂਕਿ ਪਹਿਲੇ ਮਹੀਨੇ ਦੀ ਜਿਹੜੀ ਤਨਖਾਹ ਸੀਗੀ ਉਹਨਾਂ ਨੇ ਪਾਈ ਤਾਂ ਪਰਿਵਾਰ ਨੂੰ ਕੁਝ ਹੌਸਲਾ ਸੀਗਾ ਕਿ ਹਾਂ ਵਾਕਿਆ ਹੀ ਕਿਸੇ ਕੰਮ ਦੇ ਉੱਤੇ ਉਹ ਲੱਗ ਗਏ ਨੇ ਪਰ ਬਾਅਦ ਦੇ ਵਿੱਚ ਜੋ ਕੁਝ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੂੰ ਪੇਸ਼ ਆਈਆਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੀ ਵਟਸਐਪ ਦੇ ਥਰੂ ਵੀਡੀਓ ਪਾਈ ਉਸ ਤੋਂ ਪਤਾ ਲੱਗਾ ਕਿ ਉਹ ਉੱਥੇ ਠੀਕ ਨਹੀਂ ਗਏ ਸੋ ਇਹ ਸਹੀ ਸਲਾਮਤ ਆਪਣੇ ਘਰ ਹੁਣ ਪਹੁੰਚ ਕੇ ਨੇ ਸੋ ਆਸ ਕਰਦੇ ਹਾਂ ਕਿ ਪਹਿਲਾਂ ਵੀ ਇੱਕ ਮਾਮਲਾ ਨੂਰਮਹਿਲ ਤੋਂ ਸਾਹਮਣੇ ਆਇਆ ਸੀ ਹੁਣ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਪਿੰਡ ਆ ਉੱਥੋਂ ਇਹ ਮਾਮਲਾ ਜਿਹੜਾ ਆ ਉਹ ਸਾਹਮਣੇ ਆਇਆ ਆ ਸੋ ਆਸ ਕਰਦੇ ਹਾਂ ਕਿ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਆ ਉਹ ਨਹੀਂ ਲਊਗਾ ਜਿਸ ਦੇ ਵਿੱਚ ਉੱਥੇ ਜਾ ਕੇ ਕਿਸੇ ਦੀ ਜਾਨ ਨੂੰ ਖਤਰਾ ਜਿਹੜਾ ਆ ਉਹ ਹੋ ਸਕਦਾ ਆ ਸੋ ਅੱਜ ਦੀ ਇਸ ਸਟੋਰੀ ਦੇ ਵਿੱਚ ਅਸੀਂ ਗੱਲਬਾਤ ਕੀਤੀ ਪਰਿਵਾਰਕ ਮੈਂਬਰਾਂ ਦੇ ਨਾਲ ਅੱਗੇ ਚੱਲ ਕੇ ਪਿੰਡ ਦੇ ਕਿਸੇ ਪਤਵੰਤ ਸੱਜਣ ਦੇ ਨਾਲ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭੁੰਗਰਨੀ ਦੇ ਵਿੱਚ ਇਸ ਵੇਲੇ ਅਸੀਂ ਖੜ੍ਹੇ ਹਾਂ ਅਕਵਿੰਦਰ ਕੌਰ ਹੋਣਾਂ ਦੇ ਘਰ ਜਿਹੜੇ ਕਿ ਸਾਊਦੀ ਅਰਬ ਤੋਂ ਵਾਪਸ ਪਹੁੰਚੇ ਨੇ ਉੱਥੇ 2 ਮਹੀਨੇ ਉਹ ਰਹੇ ਜਿਸ ਤਰ੍ਹਾਂ ਦੀ ਗੁਲਾਮੀ ਦੇ ਵਿੱਚ ਉਹ ਉੱਥੇ ਰਹੇ ਉਹਨਾਂ ਨੇ ਇੱਕ ਵੀਡੀਓ ਪਾਈ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਤਾਂ ਫਿਰ ਉਹਨਾਂ ਨੂੰ ਕੁਝ ਸਿੱਖ ਜਥੇਬੰਦੀਆਂ ਅੱਗੇ ਆਈਆਂ ਅਤੇ ਕੁਝ ਪੋਲੀਟੀਕਲ ਲੀਡਰ ਜਿਹੜੇ ਆ ਉਹਨਾਂ ਨੇ ਵੀ ਪਹੁੰਚ ਜ਼ਰੂਰ ਕੀਤੀ ਸੋ ਸਾਡੇ ਨਾਲ ਇਸ ਵੇਲੇ ਪਿੰਡ ਭੁੰਗਰਨੀ ਦੇ ਸਰਪੰਚ ਸਰਦਾਰ ਰਾਜਵੀਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਫਤਿਹ ਦੀ ਸਾਂਝ ਪਾਵਾਂਗੇ ਪਹਿਲੋਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਹਾਡੇ ਪਿੰਡ ਤੋਂ ਹੀ ਅਕਵਿੰਦਰ ਕੌਰ ਬਾਹਰ ਗਏ ਅਤੇ ਉੱਥੇ ਜਾ ਕੇ ਜੋ ਦਿੱਕਤਾਂ ਪਰੇਸ਼ਾਨੀਆਂ ਇਹਨਾਂ ਨੂੰ ਆਈਆਂ ਉਸ ਤੋਂ ਬਾਅਦ ਦੇ ਵਿੱਚ ਇੱਕ ਨਾ ਵੀਡੀਓ ਪਾਈ ਪਿੰਡ ਪੱਧਰ ਦੇ ਉੱਤੇ ਵੀ ਕੋਈ ਤੁਸੀਂ ਯਤਨ ਕੀਤਾ ਕਿਸੇ ਲੀਡਰ ਨਾਲ ਮਿਲ ਕੇ ਕਿ ਇਹਨਾਂ ਨੂੰ ਉੱਥੋਂ ਆਪਣੇ ਪਿੰਡ ਵਾਪਸ ਲਿਆਂਦਾ ਜਾਵੇ ਹਾਂਜੀ ਹਾਂਜੀ ਸਾਡੇ ਖਾਣੇ ਗੁਰਚਰਨ ਸਿੰਘ ਜੀ ਗਏ ਇਟਲੀ ਦੇ ਵਿੱਚ ਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਬਾਅਦ ਮੈਨੂੰ ਪਤਾ ਲੱਗਾ ਉਹਨਾਂ ਨੇ ਇੱਦਾਂ ਹੋਈ ਹੈ ਉਹਨੇ ਫਿਰ ਮਤਲਬ ਆਪਣੇ ਬਲ ਸਾਹਿਬ ਦੀ ਨੂੰਹ ਸਿਮਰਤ ਕੌਰ ਬਾਦਲ ਉਹਨਾਂ ਨਾਲ ਗੱਲ ਕੀਤੀ ਉਹਨੇ ਸੁਰਿੰਦਰ ਸਵਰਾਜ ਨਾਲ ਕੀਤੀ ਆ ਉਹਨੇ ਕਰਕੇ ਉਹ ਕਹਿੰਦੇ ਕੋਈ ਨਹੀਂ ਹੋ ਜਾਵੇਗਾ ਕੰਮ ਜਲਦੀ ਫਿਰ ਇਹ ਹੁਣ ਸਹੀ ਸਲਾਮਤ ਵਾਪਸ ਪਹੁੰਚ ਕੇ ਨੇ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸੰਦੀਪ ਸਿੰਘ ਹੁਰੀ ਜਿਹੜੇ ਆ ਉਹਨਾਂ ਦਾ ਵੀ ਕਾਫੀ ਹੱਥ ਸੀਗਾ ਵਿੱਚ ਇਸ 'ਤੇ ਪਰ ਉਸ ਦੇ ਨਾਲ ਨਾਲ ਤੁਸੀਂ ਇਹ ਕੀ ਸਮਝਦੇ ਜੇ ਕਿ ਸਰਕਾਰੀ ਤੌਰ 'ਤੇ ਵੀ ਕੁਝ ਮਦਦ ਹੋਈ ਆ ਸਰਕਾਰੀ ਤੌਰ 'ਤੇ ਵੀ ਇਹਨਾਂ ਦੀ ਕਾਫੀ ਮਦਦ ਹੋਈ ਆ ਉਹਦੇ ਉਪਰਾਲੇ ਸਦਕੇ ਜਿਹੜੀ ਇਹ ਪਿੰਡ ਭੁੰਗਰੇ ਵਿੱਚ ਪਹੁੰਚੀ ਹੈ ਜੀ ਸੋ ਤੁਹਾਡੇ ਪਿੰਡ ਦੀ ਹੀ ਇੱਕ ਜਿਹੜੀ ਏਜੰਟ ਦੱਸੀ ਜਾਂਦੀ ਹੈ ਨੇਹਾ ਉਸ ਦੇ ਉੱਤੇ ਵੀ ਕੋਈ ਕਾਰਵਾਈ ਹੋਈ ਆ ਜਾਂ ਉਸ ਦੇ ਉੱਤੇ ਕੋਈ ਪਰਚਾ ਜਾਂ ਹੋਇਆ ਜਿਸ ਨੇ ਇਹਨਾਂ ਨੂੰ ਵਰਗਲਾ ਲਿਆ ਕਿ ਉੱਥੇ ਜਾ ਕੇ ਅੱਛੀ ਤਨਖਾਹ ਮਿਲੂਗੀ ਚੰਗਾ ਕੰਮ ਹੋਊਗਾ ਅਤੇ ਤੂੰ ਪੈਸੇ ਕਮਾ ਕੇ ਆਪਣੇ ਘਰ ਵੀ ਭੇਜ ਸਕਦੀ ਹੈ ਨਹੀਂ ਉਹ ਤਾਂ ਕਹਿੰਦੀ ਮੈਂ ਠੀਕ ਠਾਕ ਹਾਂ ਜੀ ਉਹ ਛੁੱਟੀ ਆਈ ਹੋਈ ਇੱਕ ਮਹੀਨੇ ਦੀ ਉਹ ਤਾਂ ਕਹਿੰਦੀ ਮੈਂ ਪੈਸੇ ਕਮਾ ਕੇ ਆਈ ਜੀ ਇੱਕ ਮਹੀਨੇ ਬਾਅਦ ਫਿਰ ਮੈਂ ਜਾਣਾ ਜੀ 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 ਜੀ
वो कहती भी तो मतलब दस्या वैदा करके है मैं उनको दवा नहीं पाया है थानेदार मेटियाने एस एच ओ ने बुलाया उन्हें दस मैं कुछ नहीं बुलाया एक जी दिल्ली की हैगी मतलब एजेंट वो राही गई है। तो बिल्कुल सरपंच साहब ने जिस तरह दस्या वा कि इन्हों सरकारी तौर के उत्ते भी कई लीडर जोड़े उन्होंने भी इस मामले के पहुँच की तो ही संभव हो सकया कि वापस अपने घर जोड़े आँच सके। सो आस करते हैं कि अजे जे मामले सामने आते इन तो बहुत सारिया औरतं जड़िया वो सीध लैनगियाँ अगे तो अजिहा स्टैप जरा नहीं चुकया जाऊगा जिस कोई बाहर जाके दिक्कत परेशानी पेश जी आए। सो अज असी जिला हुशियारपुर के पिंड भोंगरनी पहुँचे जिते असी अकविंदर कौर उन्होंने पति रणजीत सिंह उन्होंने परिवारक मैंबर पिंड के सरपंच साहब के नाल गलबात की। इस स्टोरी के इन्ना ही इतने बुलाने फतेह। वाहिगुरु जी का खालसा वाहिगुरु जी की फतेह।